ਛੱਡੇ ਹੁਣੀ ਵੀ ਆਪਣੇ ਸਾਥੀਆਂ ਦੇ ਨਾਲ ਕਦੇ ਮੱਠੇ ਖੁਰਦ ਦੇ ਵਿੱਚ ਰੌਣਕਾਂ ਲੱਗੀਆਂ ਇਸ ਸਾਲ 21 ਫਰਵਰੀ ਹੋਣੀ ਹੈ ਮੱਠੇ ਕਲਾਂ ਦੇ ਕਬੱਡੀ ਕੱਪ ਦੀ ਮਾਨੀ ਮੱਠੇ ਨੂੰ ਇੱਥੇ ਪੁੱਜਣ ਤੇ ਜੀਆਂ ਨੂੰ ਆਖਦੇ ਆ ਸਾਡੀ ਜ਼ਿੰਦਗੀ ਦਾ ਮਾਣ ਹੈ ਮਾਨੀ ਮੱਠੇ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਸ ਵੇਲੇ ਨੌਜਵਾਨ ਕਮਲ ਬੋਦਲਾ ਪਿੰਡ ਦਾ ਮੇਰੇ ਵੀਰੋ ਐਵੇਂ ਨੀ ਮੇਰੇ ਵੀਰੋ ਇਸ ਨੌਜਵਾਨ ਫਰਾਲੇ ਦੇ ਕਬੱਡੀ ਕੱਪ ਦੇ ਜਰਮਨ ਦੀ ਕਹਿੰਦੇ ਵੋਕਸਵੈਗਨ ਦੀ ਪੋਲੋ ਗੱਡੀ ਦੇ ਨਾਲ ਸਨਮਾਨ ਕੀਤਾ ਗਿਆ ਇਸ ਗੱਭਰੂ ਖਿਡਾਰੀ ਦਾ ਓਂਕਾਰ ਸਿੰਘ ਜੀ ਅਟਵਾਲ ਸਾਹਿਬ ਉਹਨਾਂ ਵੱਲੋਂ ਮੇਰੇ ਵੀਰੋ ਕੈਨੇਡਾ ਵਾਲੇ ਉਹਨਾਂ ਵੱਲੋਂ ਇਹ ਮਾਣ ਸਨਮਾਨ ਜਿਹੜੇ ਦਿੱਤੇ ਗਏ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਯੋਧਾ ਘੱਸ ਪਿੰਡ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਡੀਏਵੀ ਕਾਲਜ ਜਲੰਧਰ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਇਸ ਮੈਚ ਦੇ ਵਿੱਚ ਜਿੱਤਣ ਵਾਲੀ ਟੀਮ ਫਾਈਨਲ ਖੇਡੂਗੀ ਅੱਜ ਵੇਖਾਂਗੇ ਵੀ ਕੌਣ ਜਿੱਤੂ ਵਾਸ਼ਿੰਗ ਮਸ਼ੀਨਾਂ ਕੌਣ ਜਿੱਤ ਕੇ ਲੈ ਕੇ ਜਾਊ ਲਓ ਯੋਧਾ ਘੱਸ ਤੇ ਦੂਜੇ ਪਾਸੇ ਲੱਕੀ ਥਾਬਲ ਕੇ ਪਿੰਡ ਦਾ ਕੋਸ਼ਿਸ਼ ਕੀਤੀ ਜੱਫਾ ਨਹੀਂ ਲੱਗਿਆ ਪਰ ਜੋਤੀ ਪੇਸ਼ਾ ਅਗਲੀ ਰੇਡ ਪਾ ਰਿਹਾ ਪਹਿਲੀ ਵਾਟਰ ਬ੍ਰੇਕ ਜਿਹੜੀ ਚੱਲਦੇ ਹੋਏ ਮੈਚ ਦੀ ਹੋ ਚੁੱਕੀ ਹੈ ਮਾਈਕ ਓਵਰ ਟੂ ਸਟੇਜ ਲਓ ਇੱਧਰ ਗੋਲੀ ਅਕਲਪ੍ਰਿਆ ਵੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਨ ਸੈਟ ਦੇ ਵਿੱਚ ਖੜ ਗਿਆ ਹੈ ਜਿਹਦੀ ਜੋੜੀ ਸਿੱਪੀ ਖੀਰਾ ਵਾਲੀ ਦੇ ਨਾਲ ਸਿੱਧ ਰਹੀ ਹੈ ਆਜ਼ਾਦ ਕਬੱਡੀ ਕਲੱਬ ਮੱਠਡਿਆਂ ਦੀ ਟੀਮ ਆਜ਼ਾਦ ਕਬੱਡੀ ਕਲੱਬ ਸਰੀ ਦੀ ਟੀਮ ਦੇ ਲਈ ਲਓ ਅਗਲੀ ਰੇਡ ਕਾਕਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਇੱਧਰ ਜੋਵਨ ਮੇਰੇ ਵੀਰੋ ਇਸ ਵੇਲੇ ਸ਼ਹੀਦਾਂ ਪਿੰਡ ਦਾ ਗੱਭਰੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਵੀ ਮਨ ਪਾ ਵੀ ਕਬੱਡੀ ਕਰੂਗਾ ਇਸ ਵੇਲੇ ਕਹਿੰਦੇ ਮਨ ਜੰਡੂ ਸਿੰਘ ਪਿੰਡ ਦਾ ਮੇਰੇ ਪੰਜਾਬੀ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਰਣ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਬਾਹਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਬਾਹਰ ਲਓ ਰਣ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਤਿਆਰ ਹਰ ਦਮ ਤਿਆਰ ਰਹਿੰਦੇ ਨੇ ਸੂਰਮੇ ਜਿੱਤਣ ਦੇ ਲਈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਕਿ ਰੱਬ ਦੇ ਸ਼ਹਿਜਾਦੇ ਬਣ ਕੇ ਦੁਨੀਆ ਤੇ ਆਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਕ ਬਣ ਕੇ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੀਆਂ ਮੌਜਾਂ ਉਹਨਾਂ ਰੱਜ ਰੱਜ ਕੇ ਮਾਣੀਆਂ ਮਾਨਾ ਮਰ ਜਾਣਿਆ ਇੱਥੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਿਆ ਇੱਥੇ ਯਾਦਾਂ ਰਹਿ ਜਾਣੀਆਂ ਅੱਜ ਦੇ ਕਬੱਡੀ ਕੱਪ ਦੀਆਂ ਵੀ ਯਾਦਾਂ ਰਹਿ ਜਾਣੀਆਂ ਮੇਰੇ ਵੀਰੋ ਲਓ ਕਾਕਾ ਸ਼ਾਹਬਾਦ ਪਿੰਡ ਦਾ ਇਸ ਵੇਲੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਦੇ ਲਈ ਇਸ ਵੇਲੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਇੱਕ ਪਾਸੇ ਕਹਿੰਦੇ ਬਾਬੂ ਔਲਖ ਦੀ ਟੀਮ ਹੈ ਔਰ ਦੂਜੇ ਪਾਸੇ ਕਹਿੰਦੇ ਸਾਡੇ ਵੀਰ ਖੇਡ ਮੈਦਾਨ ਦੇ ਵਿੱਚ ਬਿੰਦੂ ਉਹ ਵੀ ਸਾਡਾ ਵੀਰ ਆਪਣੀ ਟੀਮ ਨੂੰ ਲੈ ਕੇ ਪੁੱਜਾ ਹੋਇਆ ਹੋਰ ਤਾਂ ਦਿਲਾਵਰ ਹਰੀਪੁਰੀਆ ਉਹ ਵੀ ਕਹਿੰਦੇ ਚੇਚੇ ਤੌਰ ਤੇ ਪੁੱਜਾ ਹੋਇਆ ਜਿਸ ਪਿੰਡ ਦੇ ਵਿੱਚ ਕਹਿੰਦੇ ਹਰਮਨ ਹੋਣੀ ਲਾਈਨ ਟੈਟੂ ਸ਼ਾਪ ਦੀ ਗੱਲ ਹੁੰਦੀ ਖਿਡਾਰੀਆਂ ਦੇ ਸਰੀਰਾਂ ਦੇ ਉੱਤੇ ਸੋਹਣੇ ਸੋਹਣੇ ਟੈਟੂ ਸਾਡਾ ਵੀਰ ਹਰਮਨ ਕਹਿੰਦੇ ਖੁਣਦਾ ਹੈ ਲਓ ਖੇਡ ਮੈਦਾਨ ਦੇ ਵਿੱਚ ਕੋਚ ਸਾਹਿਬ ਦਾ ਫੈਸਲਾ ਹੈ ਵੀ ਪੁਆਇੰਟ ਬਲਵੀਰ ਬਿੱਟੂ ਜੀ ਜਾਫੀ ਦਾ ਪੁਆਇੰਟ ਜਿਹੜਾ ਇਸ ਵੇਲੇ ਮੇਰੇ ਵੀਰ ਨਾਨਕਸਰ ਕਬੱਡੀ ਕਲੱਬ ਦੇ ਹਿੱਸੇ ਜਾ ਜੁੜਿਆ ਲਓ ਖੇਡ ਮੈਦਾਨ ਚ ਆਪਾਂ ਵੇਖੀਏ ਮੇਰੇ ਪੰਜਾਬੀ ਵੀਰੋ ਇਹ ਨੌਜਵਾਨ ਮਹਾਂਵੀਰ ਅਠਵਾਲ ਪਿੰਡ ਦਾ ਹੈ ਮਹਾਂਵੀਰ ਕਬੱਡੀ ਪਾ ਕੇ ਗੱਭਰੂ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਪ੍ਰਧਾਨ ਦਲਜੀਤ ਸਿੰਘ ਜੀ ਸੋਤਾ ਚੇਅਰਮੈਨ ਮੇਜਰ ਸਿੰਘ ਜੀ ਨੱਤ ਬਲਵੀਰ ਰਾਏ ਜੀ ਤੇ ਖਜ਼ਾਨਚੀ ਸਾਡੇ ਕਰਮਜੀਤ ਸਿੰਘ ਜੀ ਸੁੰਨੜ ਆਪ ਸਭ ਦੇ ਮੇਰੇ ਵੀਰੋ ਸਾਥ ਬੰਤ ਨਿੱਜਰ ਪੱਪੂ ਤਲਵਣ ਤੇ ਜਸਵੀਰ ਭੱਟੀ ਬਿੱਲੂ ਸੰਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ
ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਪ੍ਰਧਾਨ ਜਸਵਿੰਦਰ ਸ਼ੋਕਰ 6 ਟਾਪ ਦੀਆਂ ਟੀਮਾਂ ਮੇਰੇ ਵੀਰੋ ਇਸ ਸਾਲ ਟੋਰਾਂਟੋ ਦੇ ਵਿੱਚ ਉਹਨਾਂ ਨੇ ਵੱਲੋਂ ਬਣਾਈਆਂ ਗਈਆਂ ਲਾਈਨ ਤੇ ਮਾਲਟਨ ਸਾਂਝੇ ਤੌਰ ਤੇ ਟੀਮਾਂ ਬਣਨਗੀਆਂ ਤੇ ਨਾਲ ਮੇਰੇ ਵੀਰੋ ਡਿਕਸੀ ਦੀ ਖੇਡ ਕਲੱਬ ਮੇਰੇ ਵੀਰੋ ਦੁਨੀਆਂ ਦੇ ਸਟਾਰ ਖਿਡਾਰੀ ਉਹਨਾਂ ਟੀਮਾਂ ਦੇ ਲਈ ਖੇਡਣਗੇ ਟੋਰਾਂਟੋ ਦੀ ਧਰਤੀ ਲਓ ਇਸ ਵੇਲੇ ਆਪਾਂ ਵੇਖੀਏ ਨੌਜਵਾਨ ਯੋਧਾ ਘੱਸ ਪਿੰਡ ਦਾ ਕਬੱਡੀ ਪਾ ਰਿਹਾ ਉਧਰ ਹੁਣ ਚਾਰਾਂ ਦੇ ਵਿੱਚੋਂ ਕਹਿੰਦੇ ਕੌਣ ਆ ਵੇਖੋ 2 ਨੰਬਰ ਤੇ ਮੁਕਾਬਲਾ ਹੋਇਆ ਤੇ ਯੋਧਾ ਘੱਸ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕਿ ਤੇਰੀ ਰਜਾ ਵਿੱਚ ਸਾਰੀ ਕਾਇਨਾਤ ਚੱਲਦੀ ਨਹੀਂ ਜ਼ਿੰਦਗੀ ਭਰੋਸਾ ਯਾਰੋ ਇੱਕ ਪਲ ਦੀ ਲਾਲ ਮਿਲਦੇ ਕਰੋੜੀ ਨਾਹੀਂ ਲੱਖੀ ਮਾਲਕਾ ਮੇਰ ਨਿਗਾਹ ਦੀ ਗਰਾਉਂਡਾਂ ਉੱਤੇ ਰੱਖੀ ਮਾਲਕਾ ਮੇਰ ਨਿਗਾਹ ਦੀ ਗਰਾਉਂਡਾਂ ਉੱਤੇ ਰੱਖੀ ਮਾਲਕਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਜਿਹੜੀ ਗਰਾਉਂਡਾਂ ਦੇ ਉੱਤੇ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਉੱਤੇ ਬਣੀ ਰਹੇ ਇੱਕ ਪਾਸੇ ਨੌਜਵਾਨ ਕਹਿੰਦੇ ਬੰਟੀ ਚੌੜੇ ਮਧਰੇ ਪਿੰਡ ਦਾ ਤੇ ਦੂਜੇ ਪਾਸੇ ਮਨ ਜੰਡੂ ਸਿੰਘੇ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਸੋਨੂ ਗਰੇਵਾਲ ਜੀ ਤੇ ਕੀਰਾ ਜੀ ਸਾਡੇ ਕੁਲਵੀਰ ਸਿੰਘ ਜੀ ਕੀਰਾ ਇਹਨਾਂ ਬੋਲਾਂ ਦਾ ਮਾਣ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਸੋਨੂ ਵੀਰ ਉਹਨਾਂ ਦਾ ਤੇ ਕੁਲਵੀਰ ਸਿੰਘ ਜੀ ਕੀਰਾ ਜਿਨ੍ਹਾਂ ਨੇ ਇਹਨਾਂ ਬੋਲਾਂ ਦਾ ਮਾਣ ਕੀਤਾ ਹੈ ਸਾਡੀਆਂ ਭੈਣਾਂ ਮਾਵਾਂ ਭੈਣਾਂ ਇਹਨਾਂ ਬੱਚੀਆਂ ਦਾ ਮੈਚ ਵੇਖਣ ਦੇ ਲਈ ਉਹ ਵੀ ਖੇਡ ਮੈਦਾਨ ਦੇ ਵਿੱਚ ਕਿ ਗਿੱਧੇ ਭੰਗੜੇ ਪਾਉਂਦੀਆਂ ਨੇ ਤੇ ਕਿਤੇ ਸਜਾਉਂਦੀਆਂ ਤੀਆਂ ਦੁਨੀਆ ਵਾਲਿਓ ਹੋਸ਼ ਕਰੋ ਨਾ ਮਾਰੋ ਕੁੱਖ ਚ ਧੀਆਂ ਨਾ ਮਾਰੋ ਕੁੱਖ ਚ ਧੀਆਂ ਅੱਜ ਕੁੜੀਆਂ ਦਾ ਮੈਚ ਇਸ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਔਰ ਦੋਨੋਂ ਟੀਮਾਂ ਜਿਹੜੀਆਂ ਕੁੜੀਆਂ ਦੀਆਂ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀਆਂ ਲਓ ਕਮਲ ਬੋਦਲਾ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਨੌਜਵਾਨ ਕਮਲ ਬੋਦਲਾ ਪਿੰਡ ਦਾ ਹੁਣ ਚਾਰਾਂ ਦੇ ਵਿੱਚੋਂ ਕੌਣ ਇਸ ਨੌਜਵਾਨ ਨੂੰ ਜੱਫਾ ਲਾਊ ਲਾਡੀ ਨੇ ਕਹਿੰਦੇ ਸੱਚੀ ਬੋਲੀ ਬੋਲੀ ਹੈ ਵੀ ਮੈਨੂੰ ਟੱਚ ਹੋਇਆ ਤੇ ਪੁਆਇੰਟ ਜਿਹੜਾ ਕਮਲ ਬੋਦਲਾ ਵਾਲੇ ਨੇ ਆਪਣੀ ਟੀਮ ਦੇ ਲਈ ਜਾ ਜੁੜਿਆ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਜੁੜਿਆ ਬਾਬਾ ਨੱਥਾ ਸਿੰਘ ਜੀ ਸ਼ਹੀਦ ਅੱਜ ਉਸ ਮਹਾਨ ਸ਼ਹੀਦ ਉਸ ਮਹਾਨ ਸ਼ਖਸੀਅਤ ਦੀ ਯਾਦ ਦੇ ਵਿੱਚ ਆਪਾਂ ਇਕੱਠੇ ਹੋਏ ਹੈ ਨੌਜਵਾਨ ਸਪੋਰਟਸ ਕਲੱਬ ਦਾ ਅਤੇ NRI ਭਰਾਵਾਂ ਦਾ ਗ੍ਰਾਮ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਉਦਮ ਹੈ ਮੇਰੇ ਵੀਰੋ ਬਹੁਤ ਵੱਡਾ ਉਦਮ ਹੈ ਅੱਜ ਦੇ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇੱਕ ਪਾਸੇ ਨੌਜਵਾਨ ਗੱਭਰੂ ਪੂਰੀ ਕੋਸ਼ਿਸ਼ ਕਰਦਾ ਮੇਰੇ ਵੀਰੋ ਸੁੱਖਾ ਮੱਲੀਆਂ ਦਾ ਪਰ ਦੂਜੇ ਪਾਸੇ ਆਪਾਂ ਵੇਖੀਏ ਪੁਆਇੰਟ ਜਿਹੜਾ ਇਸ ਵੇਲੇ ਹਿੱਸੇ ਜਾ ਜੁੜਿਆ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਇਹ ਹੈ ਜੋਤੀ ਵਿਦੇਸ਼ਾ ਪਰ 2 ਨੰਬਰ ਤੋਂ ਕਹਿੰਦੇ ਪੁੱਠੀ ਕੈਂਚੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਨੌਜਵਾਨ ਨੇ ਪਰ ਜੋਤੀ ਵਿਦੇਸ਼ਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਚੱਲ ਵੀ ਮਹਾਂਵੀਰ ਪਾ ਵੀ ਕਬੱਡੀ ਨੌਜਵਾਨ ਹੈ ਇਹ ਹੈ ਮਹਾਂਵੀਰ ਅਖਵਾਲ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲਚਕ ਸਰੀਰਾਂ ਦੇ ਵਿੱਚ ਕੈਮ ਜਵਾਨੀ ਦਿਸਦੀ ਏ ਸਹਿਣਸ਼ੀਲਤਾ ਸਦਾ ਬੰਦੇ ਨੂੰ ਉੱਪਰ ਰੱਖਦੀ ਏ ਇਧਰ ਲੱਕੀ ਥਾਪੜ ਕੇ ਵਾਲਾ ਮੇਰੇ ਵੀਰ ਵਾਹ ਓਏ ਲੱਕੀ ਜੇ ਜੱਫਾ ਲੱਗ ਗਿਆ ਦਰਸ਼ਕ ਵੀਰ ਤਾੜੀਆਂ ਮਾਰਨਗੇ ਲਓ ਇਸ ਵੇਲੇ ਮੁਕਾਬਲਾ ਵਾਹ ਵਾਹ ਓਏ ਨੌਜਵਾਨ ਇਹ ਪੁਆਇੰਟ ਰੇਡਰ ਦਾ ਇਹ ਪੁਆਇੰਟ ਮਹਾਂਵੀਰ ਅਠਵਾਲ ਦੇ ਹਿੱਸੇ ਜਾ ਜੁੜਿਆ ਮੇਰੇ ਵੀਰ ਮਹਾਂਵੀਰ ਅਠਵਾਲ ਦੇ ਹਿੱਸੇ ਇਹ ਪੁਆਇੰਟ ਦਾ ਵਾਧਾ ਹੋ ਚੁੱਕਾ ਹੈ ਉਧਰ ਕਹਿੰਦੇ ਕਮਲ ਬੋਦਲਾਂ ਵਾਲੇ ਦਾ ਸਰੀਰ ਹੈ ਜਿਹੜੇ ਦਰਸ਼ਕਾਂ ਨੂੰ ਕਮਲ ਦਾ ਸਰੀਰ ਸੋਹਣਾ ਲੱਗਦਾ ਹੈ ਇੱਕ ਵਾਰੀ ਤਾੜੀ ਮਾਰ ਕੇ ਜ਼ਰੂਰ ਦੱਸਣਗੇ ਐਨ ਕਹਿੰਦੇ ਵੇਖਣ ਯੋਗ ਸਰੀਰ ਹੈ ਭੁੱਖ ਲੱਥ ਦੀ ਇਸ ਨੌਜਵਾਨ ਦੇ ਸਰੀਰ ਨੂੰ ਦੇਖ ਕੇ ਪਰ ਆਹ ਨੌਜਵਾਨ ਦਾ ਵੀ ਕਹਿੰਦੇ ਕੱਦ ਛੋਟਾ ਕੀਤਾ ਉਸ ਵਾਹਿਗੁਰੂ ਨੂੰ ਯਾਦ ਔਰ 4 ਜਾਫਿਆਂ ਦੇ ਬੋਲਿਆ ਹੋਇਆ ਧਾਵਾ ਧਾਵੀ ਦਾ ਧਾਵਾ ਹੈ ਜਾਫਿਆਂ ਨੇ ਠੱਲ ਪਾਉਣੀ ਰੁੜਕੀ ਦਾ ਸੋਹਣ ਕਹਿੰਦੇ ਅਕਲਪੁਰ ਦਾ ਗੋਲੀ 2 ਕਹਿੰਦੇ ਨਾਮੀ ਜਾਫੀ ਇੱਕ ਸੁੱਖਾ ਮੱਲੀਆਂ ਦਾ ਹੁਣ ਵੇਖਦਾ ਵੀ ਚਾਰਾਂ ਦੇ ਵਿੱਚੋਂ ਕੌਣ ਲਓ ਮੇਰੇ ਵੀਰੋ ਇਹ ਹੈ ਮੱਲੀਆਂ ਵਾਲਾ ਸੁੱਖਾ ਜਿਸ ਨੌਜਵਾਨ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕੀਤਾ ਸੋਰੀ ਇਹ ਨੌਜਵਾਨ ਜਸ ਹੈ ਮੇਰੇ ਵੀਰੋ ਜੰਡੂ ਸਿੰਘੇ ਪਿੰਡ ਦਾ ਜਸ ਹੈ ਜਿਸ ਗੱਭਰੂ ਨੇ ਜੱਫਾ ਲਾਇਆ ਕਿਉਂਕਿ ਮੈਂ ਇਹਨਾਂ ਖਿਡਾਰੀ ਨੂੰ ਥੋੜਾ ਘੱਟ ਜਾਣਦਾ ਨਵੇਂ ਖਿਡਾਰੀ ਹੈ ਪਰ ਫਿਰ ਵੀ ਤੁਹਾਡਾ ਬੱਚਾ ਮਾਫ ਕਰ ਦਿਓ ਲਓ ਵੀ ਦਰਸ਼ਕ ਵੀਰੋ ਇੱਕ ਵਾਰੀ ਤਾੜੀ ਮਾਰ ਦਿਓ ਸਵਾਦ ਆਉਣਾ ਖੇਡ ਕਬੱਡੀ ਦੇ ਵਿੱਚ ਚੱਲਦੇ ਹੋਏ ਮੈਚ ਦਾ ਗੁਰਦਾਸਪੁਰ ਦੀ ਟੀਮ ਦੇ ਪੁਆਇੰਟ ਨੇ 17 ਤੇ ਲਿੱਦਰਾਂ ਦੀ ਟੀਮ ਦੇ ਪੁਆਇੰਟ ਵੀ 17 ਨੇ ਪਰ ਕਬੱਡੀ ਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਹੁੰਦਾ ਹੈ
ਉਹ ਡੇਢ ਦਾ ਹੁੰਦਾ ਇਸ ਕਰਕੇ ਅੱਧਾ ਪੁਆਇੰਟ ਆ ਜਿਹੜਾ ਲਿੱਤਰਾਂ ਦੀ ਟੀਮ ਦਾ ਵੱਧ ਹੈ। ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ। 17.5 ਤੇ 17 ਦਾ ਜਿਹੜਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ। ਸਰਦਾਰ ਸਰਤੇਜ ਸਿੰਘ ਜੀ ਸਰਪੰਚ ਸਾਹਿਬ 500 ਰੁਪਏ ਦਾ ਮਾਨ ਸਨਮਾਨ ਇਹ ਕਮਲ ਦੇ ਲਈ ਪੁੱਜਦਾ ਕਰਦੇ ਆ। ਬਹੁਤ ਬਹੁਤ ਧੰਨਵਾਦ ਹੈ ਸਰਦਾਰ ਸਰਤੇਜ ਸਿੰਘ ਜੀ ਸਰਪੰਚ। ਲਖਵੀਰ ਸਿੰਘ ਜੀ ਪੰਚ ਤੇ ਬਲਵਿੰਦਰ ਸਿੰਘ ਜੀ ਪੰਚ ਉਹ ਵੀ ਕਮਲ ਦੇ ਲਈ ਮਾਇਆ ਦੇ ਗੱਫੇ ਪੁੱਜਦੇ ਕਰਦੇ ਆ। ਸਰਦਾਰ ਸਰਤੇਜ ਸਿੰਘ ਜੀ ਸਰਪੰਚ ਇਹਨਾਂ ਪੰਚ ਸਾਹਿਬ ਦਾ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। 17.5 ਅੱਧੇ ਪੁਆਇੰਟ ਦਾ ਫਰਕ ਹੈ ਖੇਡ ਮੈਦਾਨ ਦੇ ਵਿੱਚ ਚੱਲਦੇ ਹੋਏ ਮੈਚ ਦਾ। ਬੜੀ ਫਸਮੀ ਟੱਕਰ ਹੈ ਕਿ ਲਚਕ ਸਰੀਰਾਂ ਦੇ ਵਿੱਚ ਕਾਇਮ ਜਵਾਨੀ ਦਿਸਦੀ ਏ, ਸਹਿਣਸ਼ੀਲਤਾ ਸਦਾ ਬੰਦੇ ਨੂੰ ਉੱਪਰ ਰੱਖਦੀ ਏ। ਹਾਰ ਨੂੰ ਸਹਿਣਾ, ਜਿੱਤ ਪਹੁੰਚਾਉਣੀ ਕੰਮ ਕੋਈ ਸੌਖਾ ਨਹੀਂ। ਜੇ ਮਨ ਲਾ ਕੇ ਕਰੀਏ ਕੰਮ ਕੋਈ ਵੀ ਔਖਾ ਨਹੀਂ। ਜੋ ਮਨ ਲਾ ਕੇ ਕਰਦੇ ਉਹ ਜੇਤੂ ਖਵਾਉਂਦੇ ਨੇ, ਗੁਰੂਆਂ ਮਾਪਿਆਂ ਜਗਤੇ ਚਮਕਾਉਂਦੇ ਨੇ। ਲਓ ਖੇਡ ਮੈਦਾਨ ਦੇ ਵਿੱਚ ਨੌਜਵਾਨ ਜੋਵਨ ਸ਼ਹੀਦਾਂ ਪਿੰਡ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਉਧਰ ਰੁੜਕੀ ਵਾਲਾ, ਲੈ ਵੀ ਰੁੜਕੀ ਵਾਲਿਆ, ਤੇਰੇ ਇੱਕ ਜੱਫੇ ਦਾ ਹਜ਼ਾਰ ਹੈ ਪ੍ਰਦੀਪ, ਇੱਕ ਜੱਫੇ ਦਾ ਹਜ਼ਾਰ ਜਿਹੜਾ ਇੰਗਲੈਂਡ ਵਾਲੇ ਵੀਰਾਂ ਵੱਲੋਂ, ਕਿਉਂਕਿ ਸੋਹਣ ਦੇ ਜੱਫੇ ਦਾ ਜਿਹੜਾ ਸਰੂਰ ਹੈ ਉਹ ਸੰਗਤ ਨੂੰ ਵੱਖਰਾ ਹੀ ਸਰੂਰ ਚੜ੍ਹਦਾ ਮੇਰੇ ਵੀਰੋ। ਜਦੋਂ ਐਨ ਜੱਫਾ ਲਾ ਦਿੰਦਾ ਹੈ ਤੇ ਸਵਾਦ ਵੱਖਰਾ ਬਲਜੀਤ ਸਿੰਘ ਜਿਹੜਾ ਖੇਡ ਮੈਦਾਨ ਦੇ ਵਿੱਚ ਇੰਗਲੈਂਡ ਵਾਲਿਆ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਵਾਨ, ਇਹ ਹੈ ਕਮਲ ਬੋਦਲਾ ਵਾਲਾ ਮੇਰੇ ਵੀਰੋ। ਐਵੇਂ ਨੀ 8 ਲੱਖ ਦੀ ਕੀਮਤ ਦੀ ਗੱਡੀ ਪੋਲੋ ਗੱਡੀ ਦਿੱਤੀ ਗਈ ਓਂਕਾਰ ਸਿੰਘ ਮੇਰੇ ਵੀਰੋ ਅਠਵਾਲ ਵੱਲੋਂ। ਫਰਾਲੇ ਦਾ ਕਬੱਡੀ ਕੱਪ ਪਿਛਲੀ 29 ਤਰੀਕ ਨੂੰ ਖੇਡਿਆ ਗਿਆ, ਨਹੀਂ ਪੁੱਜ ਸਕੇ, ਮਾਫੀ ਚਾਹੁੰਦੇ ਹਾਂ। ਪਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਮੇਰੇ ਵੀਰੋ, ਕਾਕਾ ਸ਼ਾਹ ਵਾਦੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਇੱਧਰ ਹਰਮਿੰਦਰ ਸਿੰਘ ਢਿੱਲੋਂ ਮਾਉ ਸਾਹਿਬ ਇਸ ਇਲਾਕੇ ਦਾ ਮਾਣ ਹੈ, ਅਜੀਤ ਮੈਗਜ਼ੀਨ ਦੇ ਲਈ ਗੱਲ ਕਰਨੀ। ਪਰ ਵੇਖੀਏ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇਹ ਹੈ ਜੰਡੂ ਸਿੰਘੇ ਵਾਲਾ ਨੌਜਵਾਨ ਜਸ, ਜੰਡੂ ਸਿੰਘੇ ਦਾ ਜਸ ਤੇ ਬਲਵੀਰ ਬਿੱਟੂ ਦਾ ਫੈਸਲਾ ਹੈ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ, ਪੁਆਇੰਟ ਧਾਵੀ ਦਾ। ਅਗਲੀ ਰੇਡ ਜੋਤੀ ਵਿਦੇਸ਼ਾ ਨੌਜਵਾਨ, ਰੰਗ ਬਰੰਗੀ ਦੁਨੀਆ ਗੂੜਾ ਰੰਗ ਪਿਆਰਾਂ ਦਾ, ਤੂੰ ਮੇਲੀ ਬਣ ਕੇ ਵੇਖ ਮੇਲੀ ਆ ਮੇਲਾ ਯਾਰਾਂ ਦਾ। ਆਹ ਜਾਨਵਰ ਮੇਰਾ ਖਿਆਲ ਹੈ ਪਹਿਲੇ ਸੈਮੀਫਾਈਨਲ ਤੋਂ ਗਰਾਊਂਡ ਦੇ ਵਿੱਚ ਹੈ। ਇਹ ਵੀ ਰੱਬ ਦੇ ਰੰਗ ਹੀ ਹੈ ਮੇਰੇ ਵੀਰੋ, ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ। ਇਹ ਪਿਆਰ ਹੈ ਕਬੱਡੀ ਦੇ ਨਾਲ ਪਿਆਰ ਹੈ। ਲਓ ਖੇਡ ਮੈਦਾਨ ਦੇ ਵਿੱਚ ਉਧਰ ਵੇਖੀਏ ਨੌਜਵਾਨ ਅਗਲੀ ਰੇਡ ਮੇਰੇ ਵੀਰੋ, ਇਹਨੂੰ ਪੰਜਾਬੀ ਦੇ ਵਿੱਚ ਜਿਹੜੇ ਠੇਠ ਪੰਜਾਬੀ ਚ ਤਾਂ ਗਰਡਪੋਕ ਕਹਿੰਦੇ ਆ, ਹੁਣ ਪੱਕਾ ਨਾਂ ਨਹੀਂ ਇਹਦਾ ਪਤਾ, ਉਦਾਂ ਗਰਡਪੋਕ ਨਾਂ ਹੈ। ਲਓ ਦੁਸ਼ਹਿਰੇ ਵਾਲੇ ਦਿਨ ਕਹਿੰਦੇ ਵੇਖਣਾ ਇਹ ਚੰਗਾ ਹੁੰਦਾ ਹੈ, ਪਰ ਵੇਖੀਏ ਇਹ ਅੰਧ ਵਿਸ਼ਵਾਸ ਨੇ ਮੇਰੇ ਵੀਰੋ। ਸੱਚੇ ਪਾਤਸ਼ਾਹ ਵਾਹਿਗੁਰੂ ਦੀ ਨਿਗਾਹ ਜਿਹੜੀ ਉਹ ਸਿੱਧੀ ਹੋਣੀ ਚਾਹੀਦੀ ਹੈ। ਲੈ ਵੀ ਰਾਮਫਲ ਅਗਲੇ ਮੈਚ ਦੇ ਲਈ ਤੂੰ ਵੀ ਤਿਆਰ ਰਹੀ ਨੌਜਵਾਨ ਹੈ, ਤੇਰੇ ਵੀ ਜਿਹੜੇ ਐਕਸ਼ਨ ਹੈ ਉਹ ਵੇਖਣ ਵਾਲੇ ਹੈ। ਇੱਧਰ ਸੁੱਖੀ ਬਰਾੜ ਜੀ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਮੇਰੇ ਵੀਰੋ, ਕਿ ਕੰਡੋਲੇ ਪਿੰਡ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਂਕ ਪਗਾਉਂਦੇ ਨੇ, ਦਸਾਂ ਨੌਹਾਂ ਦੀ ਕਿਰਤ ਕਮਾਈ ਖੇਡਾਂ ਉੱਪਰ ਲਾਉਂਦੇ ਨੇ, ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਣਕਾ ਕੇ, ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ, ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ। ਕੰਡੋਲੇ ਪਿੰਡ ਦੇ ਨੌਜਵਾਨ ਜਿੰਨੇ ਵੀ ਨੇ, ਭਾਵੇਂ ਉਹ ਬਾਹਰ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ, ਭਾਵੇਂ ਪੰਜਾਬ ਦੇ ਵਿੱਚ ਰਹਿੰਦੇ ਨੇ, ਪਰ ਕਬੱਡੀ ਦੇ ਨਾਲ ਅਥਾਹ ਪਿਆਰ ਹੈ, ਮੋਹ ਹੈ ਮੇਰੇ ਵੀਰੋ, ਗੱਲ ਪਿਆਰ ਦੀ ਹੈ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਕਮਲ ਬੋਦਲਾ ਪਿੰਡ ਦਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਅਗਲਾ ਜਿਹੜਾ ਮੈਚ ਹੈ ਉਹ ਸ਼ੋ ਮੈਚ ਖੇਡਿਆ ਜਾਣਾ ਹੈ ਲੜਕੀਆਂ ਦੀਆਂ ਟੀਮਾਂ ਦੇ ਦਰਮਿਆਨ, ਉਸ ਤੋਂ ਬਾਅਦ ਜਿਹੜਾ ਅਕੈਡਮੀਆਂ ਦਾ ਫਾਈਨਲ ਮੈਚ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ। ਇੱਧਰ ਸੁੱਖੀ ਬਰਾੜ ਜੀ ਐਨ ਫੈਸਲਾ ਕਰਦੇ ਹੋਏ ਉੱਚਾ ਲੰਮਾ ਕੱਦ ਹੈ ਵੀ ਪੁਆਇੰਟ ਜਿਹੜਾ ਗੱਭਰੂ ਰੇਡਰ ਦੇ ਹਿੱਸੇ ਜਾ ਜੁੜਿਆ। ਇੱਧਰ ਐਕਟਿੰਗ ਪ੍ਰਧਾਨ ਬਲਵੀਰ ਸਿੰਘ ਬਿੱਟੂ ਆਪ ਆਪਣੇ ਸਮੇਂ ਦੇ ਵਿੱਚ ਆਲੇ ਦਰਜੇ ਦੀ ਕਬੱਡੀ ਖੇਡੀ, ਦੁਨੀਆ ਜਿੱਤੀ ਔਰ ਫਿਰ ਅੱਜ ਕੱਲ੍ਹ ਐਕਟਿੰਗ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ। ਇੱਧਰ ਪ੍ਰੋਫੈਸਰ ਗੋਪਾਲ ਸਿੰਘ ਜੀ ਦੁਨੀਆ ਦੇ ਸਟਾਰ ਖਿਡਾਰੀ
अपने हथी तैयार किए है, मेहनत की है मेरे वीरो, ताइयो ते अज दुनिया ते ना है, पर खेड मैदान काका शाहबादिया परमजीत बागड़िया जी, उधर जसवंत सिंह जी खड़ग ते नाल कहिंदे हरमिंदर ढिल्लों जी, कबड्डी दीआं कहिंदे प्रसिद्ध शख्सियतां ने जिहड़ियां उह वी साडे दरमियान ने, पर इधर नौजवान बंटी मेरे वीरो, ये बंटी कहिंदे चौड़े मदरे पिंड दा गबरू इस वेले ला तकड़ा जफा अपनी टीम दे लई पॉइंट दा वादा कर रहा है, पॉइंट जिहड़ा इस वेले जाफी रेसे जा जुड़िया है, पॉइंट मेरे वीर बंटी ने अपनी टीम दे लई जा जुड़िया, तकड़े मैच खेडे जा रहे हैं। उधर अज दे कबड्डी कप का बहुत बड़ा माण है मेरे वीर सरदार बिकर सिंह जी यूएसए वाले, जिन्हों का अज के इस टूरनामेंट में बहुत बड़ा योगदान है, सरदार मोहन सिंह जी प्रधान साहब, सरबजीत साबा, प्रदीप होनी, मनप्रीत होनी, मनदीप काले होनी, साढ़े वीर सोनू वर्गे, उत्थे इंग्लैंड के ग्रुप दे विच कहिंदे रिक्की बलजीत तेलू नाल पिंदा बिल्लू होनी, मंगे होनी, ओंकार होनी, जस्से होनी, साढ़े वीर इंग्लैंड तो, कुलवीर सिंह जी कीरा ते नाल बिकर सिंह जी यूएसए, उन्हों का बहुत बहुत धन्यवाद, जेडे अज खिलाड़ी बेस्ट आवे उन्होंने हरप्रीत कनेडा ते सनी यूके वालों मेरे वीरों वाशिंग मशीन दित्तियां जाणगियां, ते बलजीत सिंह यूके ते भिंदे यूके वालों बेस्ट जाफी नू जिहड़ियां वाशिंग मशीन होणगियां। लो खेड मैदान दे विच बोदलां वाला कमल कबड्डी पाके पॉइंट लैके वापस जांदा होया, इह है बोदलां पिंड दा कमल। उधर न्यू हॉलैंड ट्रैक्टर वालियां दा असीं उन्हां दा वी धन्नवाद करदे हां जिन्हां दा अज दे इस कबड्डी कप दे लई बहुत वड्डा योगदान है, पर खेड मैदान दे विच देखिए अगली रेड नौजवान गभरू पाउण दे लई वादा होया कि दुद्ध मक्खणा दे नाल पाले हुए शरीर है, ये कहिंदे कबड्डी लख लख दी, मेरे पंजाबी वीरो कबड्डी लख लख दी, टीवी अखबारां विच नाम बोलदा, उधर वेखिए नौजवान, वाह ओए नौजवान है, ये पॉइंट कहिंदे जोवन ने अपनी टीम दे लई जोड़ दित्ता है, पॉइंट मेरे वीरो धावी दे हिस्से जा जुड़िया है कि रब वल्लों बख्शी हुई दात हुंदी है, मेहनता नाल मिलदी सुगात हुंदी है, जोर तां हरेक पूरा लाउंदा जोधिया, पर औखा मिले रुतबा निराली शान दा, पुत जिन्ना मामा दे कबड्डी खेडदे ना उच्चा हो जाए सारे खानदान दा। हरविंदर महेम जी, वरिंदर मोहन जी, साडे दरबार पुजणा नूं बेनती है कि वीर जी मंच वाली साइड आ जाओ, धन्नवाद जिया नूं, वरिंदर मोहन जी इत्थे पुजण ते हार्दिक स्वागत है, बहुत बहुत धन्यवाद। हां जी जलाल वीर जी, उधर आप खेड मैदान देखिए मेरे पंजाबी वीर नौजवान इस वे कबड्डी पा रहे हैं, ये है गबरू काका शाहबादिया, उधर मानी मठेडा भी पुजा होया है, नाल कहिंदे जिंदर मठेडे होनी कनेडा जा वसे है, ते पुट्टो कहिंदे इंग्लैंड तो चेचे तौर पर साडा वीर मठेडा खुरद वाला पुजा होया है, दुनिया के स्टार कबड्डी खिडारी मठेडा खुरद के कबड्डी कप से भी खेडे है। लो आप खेड मैदान देखिए नौजवान बोदलां वाला कमल खेड मैदान दे विच पा रहा कबड्डी, चार जाफियां दी निगाहां जिहड़ियां टिकियां होईयां ने, कौन इस नौजवान नूं डक्कू जां बोदलां वाला कमल लगातार अपनी टीम दे पॉइंट जोड़ू मेरे वीरो, लो पॉइंट बोदलां वाले कमल ने अपनी टीम दे लई मेरे वीरो, चक वाले प्रभ तो अपनी टीम दे लई पॉइंट दा वादा कर दिता है। इधर बाऊ औलख दा लग्या पिया जोर है भी मुंडे जफा लाओ, टीम फाइनल खेडनी चाहीदी है, उधर रुड़की वाले दा भी कहिंदे लित्रां बाबा महेंद्र सिंह कबड्डी क्लब लित्रां मेरे वीर उन्हां दा भी पूरा लग्या पिया जोर, बिंदु वीर होना दा, पर खेड मैदान दे विच योधा घस पिंड दा गबरू इस वेले पा रहा कबड्डी, यह है योधा घस वाला मेरे वीर। हुण चारां दे विचों रुड़की वाला सोहण नाल कहिंदे जस है, नाल वेखदा भी गबरू इस वेले सुखा ते गोली अकलप्रिया, पर उधर बलवीर बिट्टू दी विसल दा इशारा है कि पॉइंट योधे घस दे हिस्से है। दूसरी बाटर ब्रेक चलते हुए मैच दी हो चुकी है, माइक ओवर टू स्टेज। हैलो, बहुत बहुत धन्यवाद है जिन्हिया भी शख्सियत साडे दरमियान पुजिया है, सारे का बहुत बहुत धन्यवाद है। सो कबड्डी के प्रेमियों का भी जो है ना पूरे टिके बैठे है वीर जी, बहुत बहुत धन्यवाद है जो अपने पंजाब की खेड कबड्डी इन्ना प्यार करते हैं। सो मैच दियां दोनों टीमां खेड मैदान दे विच पुज चुकियां, इस मैच तो बाद लड़कियां दा शो मैच होना है, फिर उस तो बाद फाइनल मैच दर्शक वीरो देख के जायो, वेस्ट रेडर
ਤੇ ਵੈਸਟ ਯਾਪੀ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ। ਸੋ ਵੈਸਟ ਟ੍ਰੇਡਰ ਦੇ ਯਾਪੀ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਫਾਈਨਲ ਮੈਚ। ਸੋ ਬਹੁਤ ਬਹੁਤ ਧੰਨਵਾਦ ਹੈ। ਯੋਤੀ ਵਿਦੇਸ਼ਾ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਖੇਡ ਮੈਦਾਨ ਦੇ ਵਿੱਚ ਵੱਜ ਚੁੱਕਿਆ ਹੈ। ਉਧਰ ਕਹਿੰਦੇ ਚੱਕ ਪਿੰਡ ਦਾ ਪ੍ਰਭ ਇਸ ਵੇਲੇ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਇਧਰ ਪ੍ਰਦੀਪ ਕਬੱਡੀ 365.com ਦੇ ਓਨਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੇ ਹੈ, ਜਿਹਨਾਂ ਦੁਨੀਆਂ ਦੇ ਵਿੱਚ ਅੱਜ ਦਾ ਇਹ ਕਬੱਡੀ ਕੱਪ ਲਾਈਵ ਦਿਖਾ ਰਹੇ ਹੈ, ਕਹਿੰਦੇ ਬੰਬੇ ਦੀ ਧਰਤੀ, ਕਹਿੰਦੇ ਪੰਜਾਬ ਦੇ, ਕਹਿੰਦੇ ਚੋਟੀ ਦੇ ਕਬੱਡੀ ਕੱਪ। ਕਬੱਡੀ 365.com ਪੂਰੀ ਦੁਨੀਆਂ ਦੇ ਵਿੱਚ ਲਾਈਵ ਦਿਖਾਉਂਦੀ ਹੈ। ਇਧਰ ਕਾਲੇ ਹੁਣੀ ਤੇ ਬਲਜੀਤ ਯੂਕੇ ਹੁਣੀ ਕਬੱਡੀ ਦੇ ਖਿਡਾਰੀਆਂ ਦਾ ਮਾਣ ਕਰਨ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜ ਗਏ ਹੈ। ਉਧਰ ਰੁੜਕੀ ਦਾ ਸੋਹਣ ਜੱਫਾ ਨਹੀਂ ਲਾ ਸਕਿਆ, ਪਰ ਜੋਬਨ ਇਸ ਵੇਲੇ ਕਬੱਡੀ ਪਾ ਕੇ ਭਾਂਡ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਨੌਜਵਾਨ ਜੋਬਨ ਗੋਲੀ ਦੇ ਇੱਕ ਜੱਫੇ ਦਾ 500 ਰੁਪਇਆ ਬਲਜੀਤ ਸਿੰਘ ਯੂਕੇ ਤੇ ਪਿੰਡਾ ਯੂਕੇ ਬਲਜੀਤ ਯੂਕੇ ਇਹਨਾਂ ਵੀਰਾਂ ਵੱਲੋਂ ਗੋਲੀ ਦੇ ਇੱਕ ਜੱਫੇ ਦਾ ਜਿਹੜਾ ਹੈ ਉਹ 500 ਰੁਪਇਆ ਦਿੱਤਾ ਜਾਣਾ ਹੈ। ਲਓ ਕਮਲ ਬੋਦਲਾਂ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ। ਬੋਦਲਾਂ ਪਿੰਡ ਦਾ ਕਮਲ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਜੋ ਫੈਸਲਾ ਹੋ ਗਿਆ ਬਰਾੜ ਸਾਹਿਬ ਨੇ ਫੈਸਲਾ ਕੀਤਾ ਹੋਇਆ ਹੈ। ਲਓ ਜਿਹੜਾ ਤਿੰਨ ਕਬੱਡੀਆਂ ਦੇ ਵਿੱਚ ਸੌਰੀ ਇੱਕ ਕਬੱਡੀ ਤੇ 500 ਰੁਪਇਆ ਲੱਗ ਗਿਆ ਹਰਪ੍ਰੀਤ ਕੈਨੇਡਾ ਵੱਲੋਂ ਮੇਰੇ ਵੀਰੋ। ਇੱਧਰ ਹਰਪ੍ਰੀਤ ਕੈਨੇਡਾ ਕਮਲ ਬੋਦਲਾਂ ਦੀ ਕਬੱਡੀ ਤੇ 500 ਰੁਪਏ ਦਾ ਮਾਣ ਕਰੇਗਾ। ਉੱਧਰ ਵੇਖੀਏ ਗੋਲੀ ਗੋਲੀ ਜੱਫਾ ਲਾਊ ਤੇ 500 ਦਿੱਤਾ ਜਾਣਾ ਬਲਜੀਤ ਸਿੰਘ ਯੂਕੇ ਵੱਲੋਂ, ਪਰ ਜੱਫਾ ਨਹੀਂ ਲੱਗਿਆ ਤੇ ਪੁਆਇੰਟ ਜਿਹੜਾ ਹੈ ਓਂਕਾਰ ਸਿੰਘ ਯੂਕੇ ਕਮਲ ਦੀ ਰੇਡ ਤੇ 500 ਹਰਪ੍ਰੀਤ ਕੈਨੇਡਾ ਵੱਲੋਂ, 1000 ਰੁਪਇਆ ਕਮਲ ਬੋਦਲਾਂ ਦੀ ਰੇਡ ਤੇ ਹੋ ਚੁੱਕਿਆ ਮੇਰੇ ਵੀਰੋ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਜੋਤੀ ਵਿਦੇਸ਼ਾ ਜਿਹੜਾ ਜਾਫੀ ਜੱਫਾ ਲਾਊ ਕਮਲ ਨੂੰ ਉਹਨੂੰ 500 ਦਿੱਤਾ ਜਾਣਾ ਹੈ। ਲਓ ਜੋਤੀ ਵਿਦੇਸ਼ਾ ਇਸ ਵੇਲੇ ਪਾ ਰਿਹਾ ਕਬੱਡੀ ਤੇ ਦੂਜੇ ਪਾਸੇ ਜਾਫੀਆਂ ਦੇ ਵਿੱਚ ਕਹਿੰਦੇ ਨੌਜਵਾਨ ਇਸ ਵੇਲੇ ਜਾਫੀ ਐਨ ਪੂਰੀ ਕੋਸ਼ਿਸ਼ ਕਰਦਾ ਹੋਇਆ ਮੇਰੇ ਪੰਜਾਬੀ ਵੀਰੋ ਬੱਲੇ 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 ਹੋਈ ਪਈ ਹੈ ਤੇ ਪੁਆਇੰਟ ਜੋਤੀ ਵਿਦੇਸ਼ੇ ਨੇ ਆਪਣੀ ਟੀਮ ਦੇ ਲਈ ਜਾ ਜੁੜਿਆ ਪੁਆਇੰਟ। ਇਸ ਲਈ ਬਾਬਾ ਮਹਿੰਦਰ ਸਿੰਘ ਕਬੱਡੀ ਕਲੱਬ ਲਿੱਤਰਾਂ ਦੀ ਟੀਮ ਦੇ ਹਿੱਸੇ ਜਾ ਜੁੜਿਆ। ਲਿੱਤਰਾਂ ਦਾ ਮੇਲਾ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ, ਜਿੱਥੇ ਕਹਿੰਦੇ ਕੁਲਜੀਤੇ ਨੂੰ ਗੱਡੀ ਦਿੱਤੀ ਗਈ ਹੈ। ਉਧਰ ਸੋਹਣ ਜੱਫਾ ਲਾਊ ਆ ਰੇਟ ਤੇ ਕੁਲਵੀਰ ਸਿੰਘ ਕੀਰੇ ਵੱਲੋਂ 500 ਦਿੱਤਾ ਜਾਣਾ। ਜੇ ਸੋਹਣ ਰੁੜਕੀ ਦਾ ਜੱਫਾ ਲਾਊ ਤੇ 500 ਹੈ, ਜੇ ਨੌਜਵਾਨ ਗੋਲੀ ਜੱਫਾ ਲਾਊ 500 ਹੈ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਹ ਹੈ ਗੱਭਰੂ ਮੇਰੇ ਵੀਰੋ ਲੱਕੀ ਥਾਬਲ ਕੇ ਵਾਲਾ, ਇਹ ਪੁਆਇੰਟ ਲੱਕੀ ਥਾਪੜਕਿਆਂ ਵਾਲੇ ਨੇ ਆਪਣੀ ਟੀਮ ਦੇ ਲਈ ਜਾ ਜੁੜਿਆ ਪੁਆਇੰਟ ਮੇਰੇ ਵੀਰੋ ਇਸ ਲਈ ਜਾਫੀ ਦੇ ਹਿੱਸੇ ਜਾ ਜੁੜਿਆ। 1000 ਓਂਕਾਰ ਯੂਕੇ ਹਰਪ੍ਰੀਤ ਕੈਨੇਡਾ ਤੇ ਬਲਜੀਤ ਸਿੰਘ ਵੱਲੋਂ ਇਹ ਮਾਦ ਗੱਫੇ ਦਿੱਤੇ ਜਾਣਗੇ। 1000 ਰੁਪਇਆ ਕਾਲਾ ਕਹਿੰਦਾ ਹੋਣਾ, ਪਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਕਮਲ ਪੋਦਲਾ ਵਾਲਾ ਆਹ ਓਏ ਨੌਜਵਾਨ ਹੈ ਤਾੜੀ ਮਾਰਦੇ ਇਸ ਨੌਜਵਾਨ ਦੇ ਲਈ ਜ਼ੋਰਦਾਰ ਮੇਰੇ ਪੰਜਾਬੀ ਵੀਰੋ। ਨੌਜਵਾਨ ਸਟਾਰ ਹੈ, ਇਸ ਸਾਲ ਜ਼ਰੂਰ ਕੈਨੇਡਾ ਜਾਂ ਇੰਗਲੈਂਡ ਦੀਆਂ ਖੇਡ ਮੈਦਾਨਾਂ ਦੇ ਵਿੱਚ ਇਹ ਖਿਡਾਰੀ ਖੇਡੂਗਾ ਕਮਲ ਬੋਦਲਾ ਵਾਲਾ। ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ, ਪਰ ਅਗਲੀ ਰੇਡ ਨੌਜਵਾਨ ਜੋਬਨ ਸ਼ਹੀਦਾਂ ਵਾਲਾ ਮੇਰੇ ਵੀਰੋ। ਸ਼ਹੀਦਾਂ ਪਿੰਡ ਦਾ ਜੋਬਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਪਰ ਜਾਫੀਆਂ ਦੇ ਵਿੱਚੋਂ ਕਹਿੰਦੇ ਜੰਡੂ ਸਿੰਘੇ ਵਾਲਾ ਜਸ ਇਸ ਵੇਲੇ ਕੋਸ਼ਿਸ਼ ਕੀਤੀ ਹੋਈ ਹੈ ਤੇ ਪੁਆਇੰਟ ਨੌਜਵਾਨ ਗੱਭਰੂ ਜੋਬਨ ਨੇ ਆਪਣੀ ਟੀਮ ਦੇ ਲਈ ਜਾ ਜੁੜਿਆ ਪੁਆਇੰਟ ਮੇਰੇ ਵੀਰੋ। ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਐਨ ਸਵਾਦ ਹੈ ਖੇਡ ਕਬੱਡੀ ਦਾ। ਮੂੰਹ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰਿਓ ਜੀ, ਮੂੰਹ ਸਪਰੇ ਜਿਹੜੇ ਮੇਰੇ ਵੀਰਾਂ ਦੀ ਡਿਊਟੀ ਹੈ ਉਹ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ ਮੂੰਹ ਸਪਰੇ ਬਿਨਾਂ ਕਿਸੇ ਦੇਰੀ ਤੋਂ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਗੱਭਰੂ ਇੱਕ ਪਾਸੇ ਬੰਟੀ ਚੌੜੇ ਮਧਰੇ ਵਾਲਾ, ਲੈ ਵੀ ਜੋਤੀ ਕੀ ਨਾਂ ਹੈ ਦਿਲਾਵਰ ਹਰੀਪੁਰੀ ਇਸ ਗੱਭਰੂ ਦਾ, ਇਸ ਨੌਜਵਾਨ ਦਾ ਨਾਂ ਜਿਹੜਾ ਇਹ ਰੁੜਕੀ ਵਾਲਾ ਬਾਰੂ ਮੇਰੇ ਵੀਰੇ। ਉਧਰ ਕਹਿੰਦੇ ਬੰਟੀ ਨਾ ਤਕੜਾ ਜੱਫਾ
अपनी टीम के लिए पॉइंट का वादा कर रहा है। पॉइंट जाफी के हिस्से जा जुड़े है, पॉइंट जो इस वे मेरे वीर नौजवान बंटी चौड़े मदरे वाले ने अपनी टीम के लिए जा जुड़े है। तकड़ा मैच है, वधिया कबड्डी, जेते स्वाद आ रहा कंदोले दे कबड्डी कप दा। एक बारी जोरदार ताली मार के दस्सो मेरे दर्शक वीरो, संगत खुश है पर कई दर्शक ने जिहड़े ओ मैच दे विच बिजी ने ताड़ी नहीं मार सकते। लो खेड मैदान दे विच आपां वेखीए नौजवान इस वेले पौंदा होया कबड्डी, उधर रुड़की वाला सोण लै भी मित्रा, जे कितें उंगली ते भी कैंची वज जांदी ने ते स्वाद वखरा ही हो जाणा सी। रुड़की दे सोण दे जफे भी प्रदीप सिंह जिहड़े ओ डाकूमेंट्री जिहड़ी इकट्ठी करनी है उहदे विच जरूर इहदे जिहड़े जफे है होने चाहीदे है। रोको कैंसर कैंप जिहड़ा बलजीत सिंह होरां ने समुचे इंग्लैंड ग्रुप ने लाया, सरदार मोहन सिंह की प्रधानगी दे हेठ, सरदार बिकर सिंह यूएसए उन्हां दी सरप्रस्ती दे हेठ, बलजीत सिंह साडा यूके, और वह भी वड्डी गल है हर एक पिंड दे विच, क्योंकि इहो जी नाम बीमारी नूं आपां पिंडां दे विचों पंजाब दे विचों भारत दे विचों कढ़णा नहीं होनी चाहीदी। और ये कुलवंत सिंह धालीवाल का बहुत वड्डा उपराला है अपने साथियों के नाल, इंग्लैंड वाले साथियों के नाल रल के रोको कैंसर। लो लो स्वाद रुड़की वाले, आ मैच दे विच उन्ना स्वाद नहीं आया जिन्ना पहले मैच दे विच स्वाद आया, पर कोई गल नहीं, जिवें सियाणे कहिंदे वी एवरी डे इज संडे नॉट माई डियर, हर दिन ऐतवार नहीं हुंदा। पर खेड मैदान दे विच आपां वेखीए, इधर खेड मैदान दे विच जफा मेरे वीरो, इह आ नौजवान गभरू प्रभ चक पिंड का, जिस नौजवान ने लगातार जफे ला के अपनी टीम के लिए मेरे वीर ये पॉइंटा के वाधे किए हैं। चलता हुआ मैच समाप्त हो चुका है, हाफ टाइम के अद्धे नंबर का फर्क सी, पर हुण देखते हैं भी केड़ी टीम इस मैच नूं जित के फाइनल दे विच पहुंच चुकी है। बाबा महेंद्र सिंह कबड्डी क्लब लित्रां की टीम के पॉइंट ने 29.5, और नानकसर कबड्डी क्लब गुरदासपुर की टीम के पॉइंट ने 35। जे मैच वधिया लगे ताड़ी मार के जरूर दस दिओ, लाइनअप हो जाए दोनों टीम, मेरी बेनती है। गिंदा कोच जल्दी दे नाल ग्राउंड दे पहुंचे, गिंदा कोच जी कविता सरदार सुरजीत सिंह जी, जिन्होंने कबड्डी के खिडारियों की बाबत एक कविता बोलनी है। आओ जी, हाई कमेंट वीर जी कमेंट इधर, बलविंदर बल्ली नकोदर तो वह भी अपनी गेम कर रहा है। सो वाहे सुरजीत सिंह जी पावनी। हाँ जी, इत्थे खेड़दा जग हजार खेड़ा, खेड़ कबड्डी है शान पंजाबियां दी, दो हाथ खाड़िया विच हुंदे परखी जांदी जान पंजाबियां दी, मल्ला गबरू जग ते मारदे ने वे, रही कबड्डी प्रधान पंजाबियां दी, बल्ले बल्ले है कोकरी नित हुंदी, वेखी विच मैदान पंजाबियां दी। वाहेगुरु जी का खालसा वाहेगुरु जी की फतेह। प्यारे दर्शकों, ढेर कविता सांझियां कीतियां, लगभग 9 कविता कबड्डी खिडारियों दीआं सांझियां कीतियां दर्शकों नाल, 2 कवितावां मल्लां दीआं परमिंदर धूमछेड़ी रुस्तमे हिंदमेर दीन। अज कविता सांझी करांगे चौथा वर्ल्ड कप 16 खिडारी खेडे, कविता विच इहो बयान, तगड़ी ला मेहनत है खेडी आण कबड्डी शेरा, सोने मुल्क भी तेरा सी सन भी आया 2013, आपो अपने गुरुआं नूं त्या के आ गए सबे खिडारी, कप विश्व कबड्डी दा जितिया भारत चौथी बारी, दुल्ला पिंड बगियां दा सोनी कर दिया खेड़ कमाला, जित लिया ट्रैक्टर है
ਪਾ ਗਿਆ ਫਾਈਨਲ ਵਿੱਚ ਧਮਾਲਾ ਪਰ ਏਡਾ ਫੁਰਤੀ ਨਾਲ ਮਾਰੀ ਹੰਦਿਆਂ ਵੱਲ ਤਿਆਰੀ ਕੱਪ ਵਿਸ਼ਵ ਕਬੱਡੀ ਦਾ ਜਿੱਤਿਆ ਭਾਰਤ ਚੌਥੀ ਵਾਰੀ ਗੁੱਜਰ ਚੁਸਤੀ ਲਾਲੇ ਨੂੰ ਢਾ ਗਿਆ ਹਿੱਕ ਤਾਣ ਕੇ ਪਾਲਾ ਬਹਿ ਜਾ ਕਰ ਦਿੱਤੀ ਲਾ ਕੇ ਲੱਕ ਰੋਪੜੀ ਤਾਲਾ ਓਏ ਜਿੱਤ ਪ੍ਰੀਤ ਟਰੈਕਟਰ ਨੂੰ ਵਧਿਆ ਜਾਫੀ ਬਣ ਬਲਹਾਰੀ ਕੱਪ ਵਿਸ਼ਵ ਕਬੱਡੀ ਦਾ ਜਿੱਤਿਆ ਭਾਰਤ ਚੌਥੀ ਵਾਰੀ ਸੋਹਣੇ ਨੰਬਰ ਜੋੜ ਗਿਆ ਹੈ ਗਰਮੀਤ ਮੁੰਡੀਆਂ ਵਾਲਾ ਗੋਪੀ ਕੈਂਚੀ ਮਾਰ ਗਿਆ ਰਣ ਵਿੱਚ ਹੋ ਗਈ ਲਾਲਾ ਲਾਲਾ ਓਏ ਕੇਸਾ ਤਾਰੀ ਜੋਧਿਆਂ ਨੇ ਰੱਖੀ ਸਿੱਖੀ ਰਹਿਤ ਪਿਆਰੀ ਕੱਪ ਵਿਸ਼ਵ ਕਬੱਡੀ ਦਾ ਜਿੱਤਿਆ ਭਾਰਤ ਚੌਥੀ ਵਾਰੀ ਲਵਪ੍ਰੀਤ ਡਰੋਲੀ ਦਾ ਜਿਸ ਨੂੰ ਲੋਕੀ ਕਹਿੰਦੇ ਮੀਨਾ ਮਾਂ ਖੇਡ ਕੇ ਬਣ ਗਏ ਜੀ ਪਿੰਦਾ ਤੇ ਸੁਲਤਾਨ ਨਗੀਨਾ ਓਏ ਸੁੱਚਾ ਸੁਖਬੀਰ ਸਿਆ ਕਰ ਲਾ ਹੋਰ ਮਿਹਨਤਾਂ ਭਾਰੀ ਕੱਪ ਵਿਸ਼ਵ ਕਬੱਡੀ ਦਾ ਜਿੱਤਿਆ ਭਾਰਤ ਚੌਥੀ ਵਾਰੀ ਜਗਦੀਪ ਤੇ ਜਾਦੋ ਦੇ ਹੈ ਨਿਰਭੈ ਮੌੜ ਦਾ ਸੰਗੀ ਕਾਲ ਵਾਂਗ ਰਵਿੰਦਰ ਹੈ ਉਹਦੇ ਨਾਲ ਖਲੋਤਾ ਮੰਗੀ ਲਿਖੇ ਕਵੀ ਕੋਕਰੀ ਦਾ ਗਾਵੇ ਸੁਰਜੀਤ ਵਾਰਤਾ ਸਾਰੀ ਕੱਪ ਵਿਸ਼ਵ ਕਬੱਡੀ ਦਾ ਜਿੱਤਿਆ ਭਾਰਤ ਚੌਥੀ ਵਾਰੀ ਆਉਂਦੇ ਸਾਲ ਨੂੰ ਸੁਣਾਵਾਂਗੇ ਪੰਜਵਾਂ ਵਰਲਡ ਕੱਪ ਜੇ ਰਹਿ ਜੀਂਦੇ ਨਾ ਇਹ ਤੇ ਯਾਦ ਕਰਦੇ ਰਹਿਣਾ ਇਹਨੇ ਲਫ਼ਜ਼ਾਂ ਨਾਲ ਕਹਿੰਦੇ ਹੋਏ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਡ ਮੈਦਾਨ ਦੇ ਵਿੱਚ ਸ਼ੋ ਮੈਚ ਦੀਆਂ ਦੋਨੋਂ ਟੀਮਾਂ ਪੁੱਜੀਆਂ ਹੋਈਆਂ ਸਿੱਧਵਾਂ ਫੇਟ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀਆਂ ਸ਼ੋ ਮੈਚ ਦਾ ਜੋ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਇਹਨਾਂ ਖਿਡਾਰਨਾਂ ਦੇ ਨਾਲ ਜਾਣ ਪਹਿਚਾਣਿਆਂ ਨੂੰ ਆਸ਼ੀਰਵਾਦ ਦੇ ਰਿਹਾ ਸਾਡੇ ਵੀਰ ਉਹਨਾਂ ਦਾ ਵੀ ਧੰਨਵਾਦ ਆ ਸੁਰਜੀਤ ਸਿੰਘ ਜੀ ਬਾਮਣੀਆਂ ਸਾਡੇ ਵੀਰ ਗੋਗੀ ਸਰਪੰਚ ਉਪਲਾਂ ਵਾਲੇ ਵੀ ਪੁੱਜ ਗਏ ਬਹੁਤ ਬਹੁਤ ਧੰਨਵਾਦ ਹੈ ਗੋਗੀ ਸਰਪੰਚ ਉਪਲਾਂ ਵਾਲੇ ਇੱਥੇ ਪੁੱਜੇ ਹੈ ਹਾਰਦਿਕ ਸਵਾਗਤ ਹੈ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਲਓ ਇੱਕ ਯਾਦਗਾਰ ਫੋਟੋ ਇਹ ਜੋ ਸ਼ੋਅ ਮੈਚ ਇਸ ਵੇਲੇ ਖੇਡ ਮੈਦਾਨ ਵਿੱਚ ਸੋ ਹੁਣ ਜੋ ਸ਼ੋਅ ਮੈਚ ਸ਼ੁਰੂ ਹੋਣ ਜਾ ਰਿਹਾ ਸੋ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਵੀ ਤਿਆਰ ਹੋ ਜਾਣਾ ਇਸ ਮੈਚ ਦਾ ਜੋ ਪਹਿਲਾ ਤੇ ਦੂਜਾ ਪ੍ਰਾਈਜ਼ ਹੈ ਸਰਦਾਰ ਬਿੱਕਰ ਸਿੰਘ ਜੀ USA ਉਹਨਾਂ ਵੱਲੋਂ ਦਿੱਤਾ ਜਾਣਾ ਜੋ ਪਹਿਲਾ ਤੇ ਦੂਜਾ ਪ੍ਰਾਈਜ਼ ਇਸ ਮੈਚ ਦਾ ਉਹਨਾਂ ਵੱਲੋਂ ਦਿੱਤਾ ਜਾਣਾ ਸੋ ਸਾਡੇ ਗੋਗੀ ਸਰਪੰਚ ਸਾਡੇ ਵੀਰ ਜੀ ਉਪਲਾਂ ਵਾਲੇ ਉਹ ਵੀ ਪੁੱਜ ਚੁੱਕੇ ਆ ਲਓ ਇੱਕ ਸਾਈਡ ਮੈਂ ਵੇਖਦਾ ਵੀ ਸੁਮਨ ਕੋਚ ਸਿੱਧਵਾਂ ਵੇਡ ਦੀ ਟੀਮ ਹੈ ਇੱਕ ਸਾਈਡ ਔਰ ਦੂਜੀ ਸਾਈਡ ਕੋਚ ਕੁਲਵਿੰਦਰ ਸਿੰਘ ਜੀ ਸਾਡੇ ਵੀਰ ਪੁੱਜੇ ਆ ਟੀਮ ਨੂੰ ਲੈ ਕੇ ਜਿਹਨਾਂ ਦੀ ਇੰਡੀਆ ਵਰਲਡ ਕੱਪ ਵਿਜੇਤਾ ਇਹ ਟੀਮ ਹੈ ਕੋਚ ਕੁਲਵਿੰਦਰ ਸਿੰਘ ਜੀ ਪੁੱਜੇ ਆ ਬਹੁਤ ਬਹੁਤ ਧੰਨਵਾਦ ਮਾਰਕਫੈਡ ਡਿਪਾਰਟਮੈਂਟ ਵੱਲੋਂ ਇਹ ਸਾਰੀਆਂ ਖਿਡਾਰਨਾਂ ਜੋਬ ਕਰਦੀਆਂ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਵਾਅਦਾ ਕੀਤਾ ਸੀ ਵੀ ਇਹਨਾਂ ਸਾਰੀਆਂ ਖਿਡਾਰਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਇਹ ਸਾਰੀਆਂ ਖਿਡਾਰਨਾਂ ਜਿਵੇਂ ਕੁਲਵਿੰਦਰ ਸਿੰਘ ਕੋਚ ਨੇ ਦੱਸਿਆ ਕਿ ਖਿਡਾਰਨਾਂ ਜੋਬ ਕਰਦੀਆਂ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਮਾਵਾਂ ਦੇ ਬਲੀ ਯੋਧੇ ਪੰਜਾਬੀ ਪੁੱਤ ਕਬੱਡੀ ਖੇਡਦੇ ਆ ਵਰਲਡ ਕੱਪ ਜਿੱਤਦੇ ਆ ਉੱਥੇ ਪੰਜਾਬ ਦੀਆਂ ਇਹ ਮੁਟਿਆਰਾਂ ਪੰਜਾਬ ਦੀਆਂ ਇਹ ਧੀਆਂ ਵੀ ਮੇਰੇ ਵੀਰੋ ਵਰਲਡ ਕੱਪ ਵਿਜੇਤਾ ਬਣੀਆਂ ਇੱਕ ਵਾਰ ਇਹਨਾਂ ਖਿਡਾਰਨਾਂ ਦੇ ਵਾਸਤੇ ਵੀ ਜ਼ੋਰਦਾਰ ਤਾੜੀ ਮਾਰੇ ਮੇਰੇ ਵੀਰੋ ਜੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ
ਸੋ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਬਿੱਕਰ ਸਿੰਘ ਜੀ USA ਵਾਲੇ ਵੱਲੋਂ ਜਿਵੇਂ ਪ੍ਰਦੀਪ ਵੀਰ ਨੇ ਦੱਸਿਆ ਜੋ ਫਸਟ ਤੇ ਸੈਕਿੰਡ ਪ੍ਰਾਈਜ਼ ਹੈ ਇਹਨਾਂ ਦੋਵਾਂ ਟੀਮਾਂ ਦਾ ਬਿੱਕਰ ਸਿੰਘ ਜੀ USA ਵਾਲੇ ਵੱਲੋਂ ਦਿੱਤਾ ਜਾਣਾ ਸੋ 20,000 ਰੁਪਏ ਦਾ ਜੋ ਪ੍ਰਾਈਜ਼ ਹੈ ਇਹਨਾਂ ਵੱਲੋਂ ਦਿੱਤਾ ਜਾਣਾ ਪਹਿਲੀ ਕਬੱਡੀ ਸਿੱਧਵਾਂ ਬੇਟ ਦੀ ਲਓ ਪੰਮੀ ਖਿਡਾਰੀ ਇਸ ਵੇਲੇ ਖੇਡ ਮੈਦਾਨ ਵਿੱਚ ਪਹਿਲੀ ਪਾ ਕੇ ਕਬੱਡੀ ਦੀ ਟੀਮ ਦੇ ਵਾਸਤੇ ਪਹਿਲਾ ਜੋ ਡੇਢ ਅੰਕ ਇਸ ਖਿਡਾਰਨ ਪੰਮੀ ਨੇ ਜੋੜਿਆ ਜਿੰਦਰ ਖਿਡਾਰਨ ਇਸ ਵੇਲੇ ਜਗਤਪੁਰ ਕਬੱਡੀ ਅਕੈਡਮੀ ਦੀ ਮੇਰੇ ਵੀਰੋ ਇਹ ਖਿਡਾਰਨ ਜਿੰਦਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਜੋ UK ਕੈਨੇਡਾ USA ਤੋਂ ਲਾਈਵ ਤੱਕ ਰਿਹਾ ਲਓ ਜਿੰਦਰ ਖਿਡਾਰਨ ਦੀ ਪਾਈ ਹੋਈ ਕਬੱਡੀ ਤੇ ਇਹ ਜੋ ਪੁਆਇੰਟ ਹੈ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਦੇ ਵਾਸਤੇ ਇਸ ਖਿਡਾਰਨ ਜਿੰਦਰ ਨੇ ਜੋ ਪੁਆਇੰਟ ਜੋੜ ਲਿਆ ਆਪਣੀ ਟੀਮ ਦੇ ਵਾਸਤੇ ਸੁਮਨ ਕੋਚ ਦੀ ਰੱਜੋ ਇਹ ਜੋ ਖਿਡਾਰਨ ਹੈ ਸੁਮਨ ਕੋਚ ਦੀ ਤਿਆਰ ਕੀਤੀ ਹੋਈ ਖਿਡਾਰਨ ਇਸ ਵੇਲੇ ਥੋੜਾ ਝੁਕੀ ਫਿਰ ਖਿਡਾਰਨ ਨੇ ਚਾਰ ਖਿਡਾਰਨਾਂ ਦੇ ਉੱਪਰ ਹਮਲਾ ਕਰ ਦਿੱਤਾ ਤਾਬਾ ਬੋਲ ਦਿੱਤਾ ਇਹ ਜੋ ਖਿਡਾਰਨ ਹੈ ਇਸ ਵੇਲੇ ਐਨ ਕਹਿੰਦੇ ਵੀ ਸਟੋਪ ਲਾਉਣ ਦਾ ਪੂਰਾ ਪ੍ਰਯਾਸ ਕਰ ਰਹੀ ਹੈ ਕਦੇ ਗੁੱਟ ਫੜਨ ਦੀ ਕੋਸ਼ਿਸ਼ ਹੈ ਕਦੇ ਤੌਲ ਤੇ ਹੱਥ ਰੱਖ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਸਟਾਈਲ ਚੰਦ ਜੀ UK ਸਾਡੇ ਵੀਰ ਜੀ ਵੱਡਾ ਮਾਣ ਭੇਜਦੇ ਆ ਬੋਲਾਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਜੋ ਕੁਲਵਿੰਦਰ ਇਹ ਖਿਡਾਰਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੀ ਹੈ ਲਗਭਗ ਇਹ ਜੋ ਖਿਡਾਰਨ ਹੈ ਸਾਰੀਆਂ ਇੰਡੀਆ ਦੀ ਟੀਮ ਦੇ ਵਾਸਤੇ ਖੇਡੀਆਂ ਇੰਡੀਆ ਦੀ ਟੀਮ ਦੇ ਵਾਸਤੇ ਖੇਡਣ ਵਾਲੀਆਂ ਖਿਡਾਰਨ ਅੱਜ ਕੱਲ੍ਹ ਵੀਰ ਤੇਰੇ ਨਗਰ ਦੇ ਖੇਡ ਮੈਦਾਨ ਦੇ ਵਿੱਚ ਖੇਡ ਰਹੀਆਂ ਜਿਨ੍ਹਾਂ ਖਿਡਾਰਨਾਂ ਨੂੰ ਤੁਸੀਂ PTC ਚੈਨਲ ਲਾਈਵ PTC ਚੈਨਲ ਤੇ ਕਬੱਡੀਆਂ ਪਾਉਂਦੇ ਵੇਖਿਆ ਇਹ ਜੋ ਖਿਡਾਰਨ ਰਾਜਵੀਰ ਨਾਮ ਖਿਡਾਰਨ ਦਾ ਜਿਸ ਖਿਡਾਰਨ ਨੇ ਲਾ ਕੇ ਸਟੋਪ ਇਹ ਜੋ ਪੁਆਇੰਟ ਆ ਆਪਣੀ ਟੀਮ ਸਿੱਧਵਾਂ ਬੇਟ ਦੇ ਵਾਸਤੇ ਸੁਮਨ ਕੋਚ ਦੀ ਟੀਮ ਦੇ ਵਾਸਤੇ ਜੋੜਿਆ ਸਰਬਜੀਤ ਸਿੰਘ ਸਭਾ ਜਿਹੜੀ ਖਿਡਾਰਨ ਨੇ ਹੁਣ ਜੱਫਾ ਲਾਇਆ 100 ਨਾਲ ਹੀ ਸਾਡੇ UK ਵਾਲੇ ਸਾਰੇ ਗਰੁੱਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਜੀ ਜਿਨ੍ਹਾਂ ਨੇ ਵੱਡਾ ਮਾਣ ਦਿੱਤਾ ਇਸ ਖੇਡ ਮੇਲੇ ਨੂੰ ਸਾਰੇ ਉਹਨਾਂ UK ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਲਓ ਇਧਰਲੀ ਸਾਈਡ ਜੋ ਪੁਆਇੰਟ ਹੈ ਇਸ ਖਿਡਾਰਨ ਨੇ ਆਪਣੀ ਟੀਮ ਮਾਈ ਭਾਗੋ ਕਬੱਡੀ ਕਲੱਬ ਜਗਤਪੁਰ ਦੇ ਵਾਸਤੇ ਜੋੜ ਦਿੱਤਾ ਹੈ ਇੱਕ ਅੰਕ ਦਾ ਵਾਧਾ ਕਰ ਦਿੱਤਾ ਹੈ ਅਗਲੀ ਕਬੱਡੀ ਫਿਰ ਖਿਡਾਰਨ ਜਿੰਦਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੀ ਹੈ ਪਿੰਡਾ UK ਜਿਸ ਖਿਡਾਰਨ ਨੇ ਹਰਮਿੰਦਰ ਢਿੱਲੋਂ ਆਖਦੇ ਹੈ ਵੀ ਇਧਰਲੀ ਸਾਈਡ ਸਟੋਪ ਲਾਈ ਹੈ ਸੜਕ ਵਾਲੀ ਸਾਈਡ ਇਹ ਖਿਡਾਰਨ ਕਹਿੰਦੇ ਵੀ ਮੇਰੇ ਨਗਰ ਦੀ ਹੈ ਮੌ ਸਾਹਿਬ ਦੀ ਇਸ ਖਿਡਾਰਨ ਨੇ ਜੋ ਪੁਆਇੰਟ ਪਹਿਲਾਂ ਜੋੜਿਆ ਜੱਫਾ ਲਾ ਕੇ ਧੰਨਵਾਦ ਹੈ ਪਿੰਡਾ UK ਬਲਜੀਤ UK ਜੱਸਾ UK ਸਾਡਾ ਵੀਰ ਟਾਇਲ ਚੰਦ UK ਜੋ ਵੱਡਾ ਮਾਣ ਭੇਜਦਾ ਬੋਲਾਂ ਦਾ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਇਸ ਵੇਲੇ ਕੁਝ ਕੁ ਖਿਡਾਰਨਾਂ ਸੁਮਨ ਕੋਚ ਜੀ ਮਲੇਸ਼ੀਆ ਵੱਲੋਂ ਵੀ ਖੇਡੀਆਂ ਇਹਨਾਂ ਟੀਮ ਇਹਨਾਂ ਖਿਡਾਰਨਾਂ ਦੇ ਵਿੱਚੋਂ ਆਹ ਖਿਡਾਰਨ ਵੀ ਸੁਮਨ ਕੋਚ ਆਖਦੀ ਹੈ ਵੀ ਮਲੇਸ਼ੀਆ ਦੀ ਟੀਮ ਦੇ ਵਾਸਤੇ ਵਰਲਡ ਕੱਪ ਦੇ ਵਿੱਚ ਖੇਡੀ ਹੈ ਇਸ ਖਿਡਾਰਨ ਨੇ ਜੋ ਪੁਆਇੰਟ ਜੋੜਿਆ ਆਪਣੀ ਟੀਮ ਦੇ ਵਾਸਤੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਹੈ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਆਹ ਖਿਡਾਰਨ ਵੀ ਵਰਲਡ ਕੱਪ ਦੇ ਵਿੱਚ ਕਬੱਡੀਆਂ ਪਾਉਣ ਵਾਲੀ ਖਿਡਾਰਨ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾ ਰਹੀ ਹੈ ਉਧਰਲੀ ਸਾਈਡ ਜੋ ਖਿਡਾਰਨ ਹੈ ਐਨ ਖਿਡਾਰਨ ਨੇ ਗੁੱਟ ਫੜ ਕੇ ਪਕੜ ਪੂਰੀ ਮਜ਼ਬੂਤ ਕੀਤੀ ਹੋਈ ਹੈ ਲਓ ਤਾੜੀਆਂ ਮਾਰੋ ਵੀ ਦਰਸ਼ਕ ਵੀਰੋ ਸੁਮਨ ਕੋਚ ਦੱਸੋ ਇਸ ਖਿਡਾਰਨ ਦਾ ਕੀ ਨਾਮ ਹੈ ਰਜਨੀ ਨਾਮ ਹੈ ਇਸ ਖਿਡਾਰਨ ਦਾ ਜਿਸ ਨੇ ਲਾ ਕੇ ਸਟੋਪ ਜੋ ਪੁਆਇੰਟ ਹੈ ਹਰਜਿੰਦਰ ਸਿੰਘ ਧਾਰੀਵਾਲ ਜਰਮਨ ਵਾਲੇ ਵੀ ਆ ਰਹੇ ਹੈ ਬੱਬੂ ਮਨੀਲੇ ਵੱਲੋਂ ਇਸ ਖਿਡਾਰਨ ਵਾਸਤੇ ਆ ਸੁਮਨ ਕੋਚ ਜੀ ਫੜੋ ਇਹ ਜੋ ਪੈਸੇ ਹੈ ਜਿਸ ਨੇ ਸਟੋਪ ਲਾਈ ਹੈ ਸੁਮਨ ਕੋਚ ਜੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪ੍ਰਦੀਪ ਵੱਲੋਂ ਪੀਤੇ ਵੱਲੋਂ ਸਭੇ ਵੱਲੋਂ ਕਾਲੇ ਵੀਰ ਵੱਲੋਂ ਬਲਜੀਤ ਵੱਲੋਂ ਬਲਜੀਤ UK ਨਾਲ ਹੀ ਸਾਡਾ ਵੀਰ ਕੁਲਵੀਰ ਸਿੰਘ ਕੀਰੇ ਵੱਲੋਂ 500 ਦਾ ਵੱਡਾ ਮਾਣ ਹੈ ਇਹ ਸੁਮਨ ਕੋਚ ਦੀ ਟੀਮ ਦੇ ਵਾਸਤੇ ਵੱਡੇ ਮਾਣ ਭੇਜਦੇ ਆ ਸਾਡੇ ਵੀਰ ਬਹੁਤ ਬਹੁਤ ਧੰਨਵਾਦ ਹੈ
सरदार बिक्कर सिंह जी यूएसए वाले मेरे वीर जी जिन्होंने लगभग जो 20,000 का इन दो टीम का फर्स्ट से सैकेंड प्राइज है वो सरदार बिक्कर सिंह जी यूएसए वाले ने देना है। बहुत बहुत धन्यवाद है। जो कल वेट 42 किलो के मैच होए फर्स्ट सैकेंड प्राइज सरदार बिक्कर सिंह जी यूएसए वाले वालों दिता गया है। जो वेट 65 किलो के मैच होए वह भी फर्स्ट सैकेंड प्राइज सरदार बिक्कर सिंह यूएसए वाले वालों दिता गया है। 5 मिनट का समय जी फाइनल टीम दोनों बेनती है कि जल्दी खेड मैदान के पुजन लो इधरली साइड ला के स्टॉप है। इस खिडारन ने यह जो पॉइंट है अपनी टीम के हिस्से जोड़ दिता है। अगली कबड्डी जगतपुर कबड्डी अकैडमी की इस वेले खिडारन खेड मैदान च कबड्डी पा रही है। हरप्रीत कनेडा सुखा कनेडा दीपा कनेडा बलकार कनेडा करमजीत कमा कनेडा जो लाइव प्रसारण तक रहे हैं इन्हां खेड मेलिया का उन्होंने भी धन्यवाद है। लो इधरली साइड यह जो पॉइंट है माई भागो कबड्डी अकैडमी जगतपुर के हिस्से है। सो बहुत ही सुंदर जहा पॉइंट जोड़िया है। सरदार प्रकाश सिंह बादल ने इन्होंने सारिया खिडारियों सरकारी नौकरियां दित्तियां है। ये सारिया ही खिडारना सरकारी जॉब कर दियां मेरे वीरो जिम्मे वादा किया बादल सरकार ने। इन्होंने खिडारना ने वर्ल्ड कप जित के हिंदुस्तान का नाम पूरी इंडिया का नाम दुनिया से उच्चा किया है। इन्होंने खिडारना का भी वड्डा माण है। लो इधरली साइड ला के स्टॉप इस खिडारन ने जो पॉइंट है अपनी टीम के हिस्से जोड़न का प्रयास किया। लो उधर लाडे वीर दे हूटर का इशारा होया कि जो पॉइंट है इस खिडारन के हिस्से जुड़ गया। इस खिडारन ने अपनी टीम के हिस्से एक होर पॉइंट जोड़ लिया। फाइनल मैच दीयां दोनों टीम जल्दी तो जल्दी खेड मैदान के आ जाए। इस खिडारन ने भी वर्ल्ड कबड्डिया ये खिडारन सुखी इस वेले खेड मैदान के जो कबड्डी पा रही है सुखी की पाई हुई कबड्डी से सिद्धवा बेट की यह खिडारन स्टॉप लाने का प्रयास कर रही है। पर जो पॉइंट आ ये खिडारन सुखी ने अपनी कप के वास्ते जोड़िया माई भागो कबड्डी अकैडमी जगतपुर की टीम के वास्ते जोड़ लिया। नाल ही बेनती है फाइनल क्योंकि वीर जी लाइटा का प्रबंध नहीं इस करके जिमें रुपिंदर जलाल ने दसिया भी जो दुआबे के मैच आए सूरज देवता की हाजरी में ही हो जाते हैं समाप्त हो जाते हैं। जो मालवे के मैच है कहिंदे वी रात के 2-2 बजे तक भी होंदे आ लाइटा ला के। सो बेनती आओ वीर जी जल्दी आप सूरज देवता की हाजरी में ही फाइनल मैच करवाना है। सो दोनों टीम जल्दी खेड मैदान के पुज जाए। सरदार बिक्कर सिंह जी यूएसए बहादुर सिंह जी यूएसए मंगा यूएसए बीरा यूएसए हरजिंदर सिंह यूएसए गुरप्रीत यूएसए सारे वीर का बहुत बहुत धन्यवाद है। सरदार बिक्कर सिंह जी यूएसए कंदोला ब्रदर जिन्हों वालों वड्डे माण है इस खेड मेले वास्ते। टुडीके कबड्डी कप का पहला प्राइज बडाला मंजकी का जो कबड्डी कप है वह जो पहला प्राइज है वह भी इन्होंने वालों दिता जाना है। जो 6 प्राइज 42-65 से यह लड़कियों दी टीमां दे है यह भी प्राइज बिक्कर सिंह जी यूएसए कंदोला ब्रदरस उन्हां वालों दिते जाने है। साडा वीर हरजिंदर सिंह जी धारीवाल जर्मनी वाले साडे वीर जी कोच कुलविंदर सिंह जी 5 नंबर यूनिट नंबर है जिस खिडारन का धारीवाल साडे वीर जर्मन वाले वड्डा माण भेजते हैं। सो फाइनल मैच दीयां दोनों टीमां जल्दी खेड मैदान के आ जाए। नालों नाल समूह प्रबंधक कमेटी का भी बहुत बहुत धन्यवाद है। प्रधान सरदार मोहन सिंह जी कलवीर सिंह जी कीरा सरबजीत सिंह सभा इस समूह प्रबंधक कमेटी का भी धन्यवाद है। फाइनल मैच दीयां दोनों टीमां जल्दी खेड मैदान के आ जाए। हैप्पी वीर का पिंदे वीर का लाडी वीर का मंगे वीर का मीका पाऊ सोन पलवान जीवन वीर का पाले वीर का इन्होंने सारे वीर का भी बहुत बहुत धन्यवाद है जिन्होंने बहुत मेहनत करके इस खेड मेले को नेपरे चाढ़िया है। यूके ग्रुप्स वालों
ਇਹ ਅਨੂ ਦੇ ਵਾਸਤੇ 2100 ਰੁਪਈਆ ਆਇਆ। ਜਿਸ ਖਿਡਾਰਨ ਨੇ ਵਰਲਡ ਕੱਪ ਦੇ ਵਿੱਚ ਮੇਰੇ ਵੀਰੋ ਵਿੱਚ ਤਕੜੇ ਜੱਫੇ ਲਾ ਕੇ ਐਨ ਬੱਲੇ ਬੱਲੇ ਕਰਾਉਣ ਵਾਲੀ ਅਨੂ ਵੀ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਆ, ਉਹਦੇ ਵਾਸਤੇ 2100 ਰੁਪਈਆ। ਸਾਡੇ ਵੀਰ ਯੂਕੇ ਗਰੁੱਪ, ਸਾਡੇ ਵੀਰ ਯੂਕੇ ਬ੍ਰਦਰ, ਉਹਨਾਂ ਵੱਲੋਂ ਭੇਜਿਆ ਗਿਆ। ਬਹੁਤ ਬਹੁਤ ਧੰਨਵਾਦ ਹੈ। ਅਲਟੋ ਗੱਡੀ ਜਿੱਤਣ ਵਾਲੀ ਅਨੂ ਵਰਲਡ ਕੱਪ ਦੇ ਵਿੱਚੋਂ ਵੈਸਟ ਯਾਫੀ ਡਿਕਲੇਅਰ ਹੋਈ, ਉਹਦੇ ਵਾਸਤੇ ਹੈ। ਸੋ ਇਸ ਵਰਲਡ ਕੱਪ ਦੀ ਵੀ ਵੈਸਟ ਯਾਫੀ ਡਿਕਲੇਅਰ ਹੋਈ ਖਿਡਾਰਨ, ਜਿਹਦੇ ਵਾਸਤੇ 2100 ਦੇ ਵੱਡੇ ਮਾਨ ਭੇਜੇ ਗਏ ਆ। ਬਹੁਤ ਬਹੁਤ ਧੰਨਵਾਦ। ਨਾਲੋ ਨਾਲ ਟੀਮਾਂ ਨੂੰ ਵੀ ਬੇਨਤੀ ਹੈ ਕਿ ਸਮਾਂ ਬਹੁਤ ਹੋ ਜਾ ਰਿਹਾ ਮੇਰੇ ਵੀਰ ਜੀ, ਜਲਦੀ, ਕਿਉਂਕਿ ਦਰਸ਼ਕ ਵੀਰਾਂ ਨੂੰ ਆਪਾਂ ਫਾਈਨਲ ਮੈਚ ਦਿਖਾਉਣਾ ਵੀਰ ਜੀ। ਸੋ ਜਲਦੀ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਪੁੱਜ ਜਾਣ, ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਪੁੱਜ ਜਾਣ। ਕੁਲਵੀਰ ਸਿੰਘ ਜੀ ਕੀ ਆ, ਸਾਡੇ ਵੀਰ ਜਿਹਨਾਂ ਵੱਲੋਂ ਇਹ ਟਰੋਫੀਆਂ ਦੀ ਸੇਵਾ, ਜੋ ਸਨਮਾਨ ਚਿੰਨ੍ਹ ਬਣਾਏ ਗਏ ਹੈ, ਉਹਨਾਂ ਦੀ ਸੇਵਾ ਸਾਡੇ ਵੀਰ ਵੱਲੋਂ ਕਰਾਈ ਗਈ ਹੈ। ਬਹੁਤ ਬਹੁਤ ਧੰਨਵਾਦ ਹੈ। ਸੁੱਖੀ ਦੀਆਂ ਤਿੰਨ ਕਬੱਡੀਆਂ ਤੇ ਪ੍ਰਦੀਪ ਵੀਰ ਵੱਲੋਂ, ਪੀਤੇ ਵੱਲੋਂ ਤੇ ਕਾਲੇ ਵੱਲੋਂ ਹੈ। ਸੁੱਖੀ ਦੀਆਂ ਤਿੰਨ ਕਬੱਡੀਆਂ ਤੇ ਕੋਚ ਸਾਹਿਬ 1000 ਰੁਪਈਆ ਇਹਨਾਂ ਤਿੰਨਾਂ ਵੀਰਾਂ ਵੱਲੋਂ ਹੈ। ਇੱਕ ਕਬੱਡੀ ਆ ਗਈ ਹੈ, ਦੋ ਕਬੱਡੀਆਂ ਜਦੋਂ ਹੋਰ ਸੁੱਖੀ ਦੀਆਂ ਆ ਗਈਆਂ, ਇਹ 1000 ਰੁਪਈਆ ਆਪਾਂ ਇਹ ਸੁੱਖੀ ਖਿਡਾਰਨ ਨੂੰ ਵਿਸ਼ੇਸ਼ ਸਨਮਾਨ ਵਜੋਂ ਦੇਣਾ ਹੈ। ਸੋ ਲਓ ਇਧਰਲੀ ਸਾਈਡ ਆ, ਸਿੱਧਵਾਂ ਬੇਟ ਦੀ ਖਿਡਾਰਨ ਹੈ, ਪੈਰਾਂ ਦੀ ਬੜੀ ਛੋਲੀ ਖਿਡਾਰਨ ਹੈ, ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾ ਰਹੀ ਹੈ। ਪਰ ਇਸ ਖਿਡਾਰਨ ਨੇ ਇਹ ਜੋ ਪੁਆਇੰਟ ਹੈ, ਇਹ ਜੋ ਅੰਕ ਹੈ, ਆਪਣੀ ਟੀਮ ਦੇ ਹਿੱਸੇ ਜੋੜ ਲਿਆ। ਬਹੁਤ ਬਹੁਤ ਧੰਨਵਾਦ ਸਾਡੇ ਪ੍ਰਦੀਪ ਵੀਰ ਦਾ, ਕਾਲੇ ਵੀਰ ਦਾ, ਪੀਤੇ ਵੀਰ ਦਾ, ਸਭੇ ਵੀਰ ਦਾ, ਸ਼ੇਰੇ ਵੀਰ ਦਾ, ਕੁਲਵੀਰ ਸਿੰਘ ਕੀੜਾ, ਸਾਰੇ ਇਹਨਾਂ ਵੀਰਾਂ ਦਾ ਅੱਜ ਵਧਾਈ ਦੇ ਪਾਤਰ ਹੈ। ਸਰਦਾਰ ਮੋਹਨ ਸਿੰਘ ਜੀ ਜੋ ਪ੍ਰਧਾਨ ਨੇ ਇਸ ਕਲੱਬ ਦੇ, ਜਿਹਨਾਂ ਦੇ ਵੱਡੇ ਉਪਰਾਲੇ ਸਦਕਾ ਹਰ ਸਾਲ ਹੀ ਕਬੱਡੀ ਕੱਪ ਨੇਪਰੇ ਚੜ੍ਹਦਾ ਹੈ। ਸਰਦਾਰ ਪ੍ਰਧਾਨ ਜੋ ਬੋਲਾਂ ਦਾ ਵੱਡਾ ਮਾਣ ਭੇਜਦੇ ਹੈ, ਬਹੁਤ ਬਹੁਤ ਧੰਨਵਾਦ ਹੈ। ਸਮੂਹ ਸਾਰੀ ਪ੍ਰਬੰਧਕ ਕਮੇਟੀ ਦਾ, ਟੀਮਾਂ ਨੂੰ ਵੀ ਬੇਨਤੀ ਹੈ, ਜਲਦੀ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਆ ਜਾਣ। ਉਧਰ ਨਿਊ ਹਾਲੈਂਡ ਟਰੈਕਟਰਸ, ਉਹਨਾਂ ਦਾ ਵੀ ਧੰਨਵਾਦ ਹੈ ਜਿਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਇਸ ਖੇਡ ਮੇਲੇ ਵਾਸਤੇ। ਨਿਊ ਹਾਲੈਂਡ ਟਰੈਕਟਰ ਵਾਲਿਆਂ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਟੀਮਾਂ ਨੂੰ ਬੇਨਤੀ ਹੈ ਬਈ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਲਓ ਇਧਰਲੀ ਸਾਈਡ ਆ, ਜਿਸ ਖਿਡਾਰਨ ਨੇ ਇਹ ਸਟੋਪ ਲਾਈ ਹੈ, ਇਹ ਜੋ ਪੁਆਇੰਟ ਹੈ, ਇਹ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਦੇ ਵਾਸਤੇ ਇਸ ਖਿਡਾਰਨ ਨੇ ਜੋੜਿਆ। ਵੇਟਰਾਂ ਨੂੰ ਬੇਨਤੀ ਹੈ ਵੀਰ ਜੀ, ਇੱਕ ਵਾਰ ਗਰਾਊਂਡ ਵਿੱਚ ਜੋ ਅੰਪਾਇਰ ਸਾਹਿਬ ਹੈ, ਸਾਡੇ ਵੀਰ ਹੈ, ਉਹਨਾਂ ਵਾਸਤੇ ਚਾਹ ਖੇਡ ਮੈਦਾਨ ਵਿੱਚ ਇੱਕ ਵਾਰ ਜ਼ਰੂਰ ਭੇਜ ਦਿਓ। ਟੀਮਾਂ ਨੂੰ ਬੇਨਤੀ ਹੈ ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਾ, ਕਿਉਂਕਿ ਸੂਰਜ ਦੇਵਤਾ ਦੀ ਹਾਜ਼ਰੀ ਵਿੱਚ ਹੀ ਫਾਈਨਲ ਮੈਚ ਹੋਣਾ ਚਾਹੀਦਾ। ਸੁੱਖੀ ਬਰਾੜ ਜੀ ਆਖਦੇ 5 ਮਿੰਟ, ਜੀ 5 ਮਿੰਟ ਦਾ ਸਮਾਂ ਨਹੀਂ ਤਾਂ ਫਿਰ ਜੁਰਮਾਨਾ, ਜੋ ਰੂਲ ਰੈਗੂਲੇਸ਼ਨ ਹੈ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ, ਉਹ ਜੁਰਮਾਨਾ। ਸੁੱਖੀ ਬਰਾੜ ਜੀ ਆਖਦੇ ਵੀ 5000 ਰੁਪਈਆ, ਠੀਕ ਹੈ ਜੀ, 5000 ਰੁਪਈਆ ਫਿਰ ਜੋ ਰੂਲ ਹੈ ਫੈਡਰੇਸ਼ਨ ਦੇ ਵਿੱਚ ਉਹ ਲਾਗੂ ਹੋ ਜਾਣੇ ਆ। ਘੜੀ ਤੇ ਖਿਡਾਰੀ ਵੀਰੋ ਟਾਈਮ ਨੋਟ ਕਰ ਲਓ, 5 ਮਿੰਟ ਦਾ ਸਮਾਂ ਹੈ, ਉਸ ਤੋਂ ਬਾਅਦ ਫਿਰ ਜੁਰਮਾਨਾ। ਤੁਹਾਡੇ ਇਨਾਮ ਦੇ ਵਿੱਚੋਂ ਜੋ ਫਸਟ ਸੈਕਿੰਡ ਜੋ ਪ੍ਰਾਈਜ਼ ਹੋਣਾ ਤੁਹਾਡਾ, ਉਹਦੇ ਵਿੱਚੋਂ 5000 ਰੁਪਈਆ ਜੋ ਵੀ ਮਿੰਟਾਂ ਦਾ ਹਿਸਾਬ ਕਿਤਾਬ ਹੋਵੇਗਾ, ਸੁੱਖੀ ਬਰਾੜ ਜੀ ਆਖਦੇ ਉਹ ਕੱਟਿਆ ਜਾਵੇਗਾ। ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਨਾਲੋ ਨਾਲ ਧੰਨਵਾਦ ਉਹਨਾਂ ਵੀਰਾਂ ਦਾ ਜੋ ਲਾਈਵ ਪ੍ਰਸਾਰਣ ਤੱਕ ਰਿਹਾ। ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਰਲਡ ਕੱਪ ਦੀ ਖਿਡਾਰੀ ਨੂੰ ਪ੍ਰਿੰਕਾ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਜਾਣਾ, ਜਿਵੇਂ ਅਨੂ ਦਾ ਸਨਮਾਨ ਕੀਤਾ ਗਿਆ ਹੈ 2100 ਰੁਪਈਏ ਦੇ ਨਾਲ, ਪ੍ਰਿੰਕਾ ਦਾ ਵੀ ਕੋਚ ਸਾਹਿਬ ਸਨਮਾਨ ਕੀਤਾ ਜਾਣਾ ਮੈਚ ਤੋਂ ਬਾਅਦ। ਪ੍ਰਿੰਕਾ ਖਿਡਾਰੀ ਨੂੰ ਬੇਨਤੀ ਹੈ ਸਟੇਜ ਦੇ ਸਾਹਮਣੇ ਆ ਜਾਵੇ, ਉਹਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਮੈਚ ਸਮਾਪਤ ਹੋਣ ਤੋਂ ਬਾਅਦ। ਨਾਲੋ ਨਾਲ ਟੀਮਾਂ ਨੂੰ ਬੇਨਤੀ, ਟੀਮਾਂ ਮੈਦਾਨ ਦੇ ਵਿੱਚ ਆ ਜਾਣਾ। ਕੋਚ ਕੁਲਵਿੰਦਰ ਸਿੰਘ ਦਾ ਧੰਨਵਾਦ ਹੈ ਜੋ ਆਪਣੀ ਪੂਰੀ ਟੀਮ ਨੂੰ ਲੈ ਕੇ ਪੁੱਜੇ ਹੈ। ਕੋਚ ਸੁਮਨ ਸਿੱਧਵਾਂ ਧੰਨਵਾਦ ਹੈ ਜੋ ਆਪਣੀ ਟੀਮ ਨੂੰ ਲੈ ਕੇ ਪੁੱਜੇ। ਵੀਰ ਜੀ ਸਾਉਣ ਤੋਂ ਇੱਕ ਸਾਈਡ ਤੇ ਕਰ ਦਿਓ ਮੇਰੇ ਵੀਰ ਜੀ। ਸੋ ਬਹੁਤ ਬਹੁਤ ਧੰਨਵਾਦ।
लगभग टीमों का थोड़ा ही समा बाकी है। मानयोग सत्कारयोग जिन्हिया भी शख्सियतां मंच से विराजमान है सारे का बहुत बहुत धन्यवाद है। सुखी खिडारन की तिना कबड्डिया साडे वीरां वालों जो विशेष इनाम इस खिडारन दिता जाना है। ठीक है वीर जी, 1000 रुपया है कोई साहब, 2 कबड्डिया जी हो रहा है। ठीक है जी, एक आ कबड्डी आ गई तो एक हो रहा जी। ठीक है वीर जी, सुखी ने नोट करो जी, मैनू भुलेखा ना लग जाए। एक होर बाकी है। ठीक है जी, सुखी की एक कबड्डी होर बाकी है। 1000 रुपया काले वीर वालों पीते वालों प्रदीप वालों दिता जाना है। हरप्रीत वीर दे मामा जी वालों 2100 रुपये के विशेष सहयोग आए हैं इस क्लब के वास्ते, इस खेड मेले वास्ते। कौमी शहीद बाबा नत्था सिंह यादगारी खेड मेले दे विच अज रौनक लगी है। बहुत बहुत धन्यवाद जिन्हें भी साडे वीर अज इस खेड मेले नाल जुड़े हुए हैं सारे का बहुत बहुत धन्यवाद है। नवांशहर कटारा तो हरप्रीत साढ़े जो मामा जी उन्होंने पुजे है उन्होंने भी धन्यवाद है। 2100 का विशेष योगदान है इस खेड मेले वास्ते, उन्होंने भी धन्यवाद है। जिन्हें भी वीर जिन्हों के विशेष योगदान है इस खेड मेले वास्ते सारे का ही धन्यवाद है। सुमन कौर जी जिन्हें जफे लाएंगे हर खिडारन 500 रुपया हर स्टॉप से होगा। प्रदीप वालों काले वालों पीते वीर वालों हर स्टॉप से 500, ये तुम नोट करना जी। खिडारन ने स्टॉप लाई सानू दस दौ 500 रुपया वो वास्ते स्पैशल इनाम होना है। टीमों का लगभग सुखी विराट जी 2 मिनट बाकी रह गया है, उस तो बाद फिर जो फेडरेशन के रूल है फिर जुर्माना चालू हो जाना वीर जी। जल्दी टीम खेड मैदान के आ जाना, बेनती है। जो 2 मिनट का समा बाकी है लगभग टीम जल्दी खेड मैदान में आ जाना क्योंकि लास्ट पलों के मैच है। सुखी दियां 3 हो गई कबड्डियां पूरी जी। लो जी 1000 रुपया काले वीर जी कोच कुलविंदर सिंह नूं पहुंचदा कर दो। पीते वीर वालों, काले वीर वालों, प्रदीप वीर वालों सुखी दियां 3 कबड्डियां दे 1000 रुपया जिन्हां इधर खिडारना सिद्धवां वेट दियां स्टॉप लाउणगियां हर स्टॉप का 500 रुपया होगा इन्हां काले वीरां वालों। फाइनल मैच दियां दोनों टीमां भी जल्दी खेड मैदान दे विच आ जाणा। नालों नाल मैं धन्नवाद करदा उन्हां वीरां दा जिन्हां दे विशेष सहयोग है। हरप्रीत सिंह कनेडा सन ऑफ लखवीर सिंह पंचा, सनी यूके सन ऑफ बलविंदर सिंह जी नामे क्या दे वालों मेरे वीरों 81,000 का अज का जो फाइनल मैच होना पहला प्राइज दिता जाना है, सो उन्हों का भी धन्यवाद है। जो अज का दूजा प्राइज दीपा कनेडा सरबजीत सभा मनप्रीत सिंह पीता 61,000 का इन्हों वीर वालों दिता जाना, इन्हों का भी धन्यवाद है। पिंडा यूके उन्होंने भी फोन आया भाई लाइव प्रसारण बहुत बढ़िया चल रहा है, लाइव प्रसारण तक रहा है। सो धन्यवाद है साडे वीरां दा जिन्हें भी वीर लाइव प्रसारण तक रहे। प्रदीप वीर एक बार दस के जाई मेरे वीर भी जो हुण तक किन्ना का सेवक से है किन्ने का दर्शक हुण तक खेड मैदान दे नाल जुड़ चुके हैं। 365 के जरिए आप दसांगे दर्शक वीरां नूं भी किन्ने हजार की गिणती हो चुकी है। कनेडा सुखा कनेडा वो भी इस वेले लाइव प्रसारण कनेडा कर रहा है। धन्यवाद है जिन्हें भी वीर विदेशों की धरती तो सारे का बहुत बहुत धन्यवाद है। आज जी मैं वेख रहा भी एक टीम खेड मैदान के बिल्कुल नजदीक आ गई है। सरदार बिक्कर सिंह जी यूएसए वाले कंदोला ब्रदर से प्राइज दिता जाना है पहला ते दूजा प्राइज। लास्ट ही कुछ कबड्डियां बाकी है। सच्चे पातशाह वाहिगुरु मेहर करे इस खिडारन दे
हल्की जी सट महसूस कर रही है खिडारना। दो फरवरी नकोदर दी नेशनल कॉलेज दी ग्राउंड विच भी मेरे वीरो कबड्डी कप करवाया जाना है। सो हैप्पी वीर लित्रा वालों खुले सदे पत्र है। कुछ असि सम्मान कर जा रहे हैं, मंगा कोच मलगा, गिंदा कोच फरवाड़ा, हरमिंदर सिंह जी टिल्लो मौ साहब, इन्हों बेनती है स्टेज के लागे आ जाना। जिंदू पुआ जरा सा वीर साबी मठड्डा मानी साडा वीर मठड्डिया वाला भी बेनती है कि मंच के लागे आ जाए। दस्यो वीर जी कि टीम जेतू है, नाल ही फाइनल मैच की दूसरी टीम भी बेनती है कि जल्दी खेड मैदान के दूसरी टीम भी आ जाए। डी ए बी कबड्डी क्लब जलंधर की टीम खेड मैदान के पुज गई है। लिया भी नेकस है ये जो मैच चल रहा है, ये सिद्धवा जगराओं के रहे 12 पॉइंट, माई पागो कबड्डी अकैडमी जगतपुर के 28 पॉइंट है, ये फर्स्ट है, तो जगराओं सैकेंड है। इन्ह टीमों बेनती है नाल ही अपना प्राइज लै जाओ। सरदार बिक्कर सिंह यूएसए वालों ये प्राइज दिता जाना है, टीमों बेनती है नाल लगता अपना प्राइज लै जाओ। मंगा कोच बिलगा, गिंदा कोच फरवाला, मानी मठड्डा, हरमिंदर सिंह जी टिल्लो मौ साहब, इन्ह सारे वीरों